ਤੋਹਫਾ ਚੀਜ਼ ਬਣਾਉਣੀ ਨਾ ਬਣਾਈ ਮੈਨੂੰ ਫਿਰ ਕਹੀ ਤੂੰ ਵੇਖਣਾ ਤੂੰ ਕਹਿਣਾ ਮੈਨੂੰ ਵੀਡੀਓ ਭੇਜੇ ਮੈਂ ਦੋਸਤਾਂ ਕਰਕੇ ਘਰੇ ਰੌਣਕਾਂ ਗੱਡ ਖਾਣਾ ਖੜਿਆ ਰਹਿੰਦਾ ਹੈਗਾ ਸ਼ਿਆਵਾ ਦੀ ਮਿੱਤਰ ਤੁਹਾਨੂੰ ਅੱਜ ਨਾ ਟ੍ਰਾਈਸੈਪ ਦਾ ਵਰਕਆਊਟ ਦੱਸਦੇ ਹਾਂ ਜਿਹੜਾ ਅਸੀਂ ਲਾਉਂਦੇ ਹਾਂ ਅੱਠ ਅੱਠ ਅਸੀਂ 3 ਸੈੱਟ ਲਾਉਣੇ ਆ ਚੱਲ ਮੈਂ ਚੀਕਾਂ ਚੀਕਾਂ ਦੀਆਂ ਆਉਂਡੀਆਂ ਵਿੱਚੋਂ ਰਹਿ ਗਏ ਆ ਗਾਡੀ ਹੈ ਵਜ੍ਹਾ ਸੇ ਗਰਮੀ ਰੌਣਕ ਲੱਗੀ ਰਹਿਤੀ ਹੈ ਸਾਰਿਆਂ ਨੂੰ ਓਹੋ ਗੱਡੀ ਤਾਂ ਲੈ ਗੁੱਡ ਮਾਰਨਿੰਗ ਕੀ ਹਾਲ ਚਾਲ ਹੈ ਜਿੰਮ ਚਲੇ ਜਿੰਮ ਲਾਈਏ ਗੱਡੀ ਥਾਰ ਖੜਨੀ ਹੈ ਥੈਰ ਇਹ ਵੱਲ ਚਲਾ ਕੇ ਦੇਖ ਲਈਏ ਕਿਤੇ ਮਾੜੀ ਮੋਟੀ ਵੈ ਸਰ ਆ ਜਿੰਮ ਚੱਲੀਏ ਵੈ ਬੁੱਗੀ ਜਿੰਮ ਚੱਲੀਏ ਲੈ ਮਿੱਤਰੋ ਹੈ ਜਗ੍ਹਾ ਚਲ ਗਿਆ ਰਾਹ ਦੀ ਨਹੀਂ ਹੈ ਦੂਜੇ ਦੀ ਆਪਣੇ ਚੈਂਪੀਅਨ ਦੀ ਮੁੰਡਾ ਜਿਹੜਾ ਸ਼ਿਰਕੇ ਪਿੰਡ ਦਾ ਨੀ ਆ ਛੋਟਾ ਜਿਹਾ ਆਹੋ ਉਹਨਾਂ ਦੀ ਗੱਡੀ ਆ ਇਹ ਵਾਲੇ ਬਾਈਆਂ ਦੀ ਗਾਡੀ ਹੈ ਔਰ ਗਾਡੀਆਂ ਦੀ ਵਜ੍ਹਾ ਸੇ ਗਰਮੀ ਰੌਣਕ ਲੱਗੀ ਰਹਿਤੀ ਹੈ ਓਹੋ ਸ਼ੇਰ ਹਟਤਾ ਆਵੇ ਭਾਈ ਚਲੀਏ ਹੈਂ ਦੋਸਤਾਂ ਕਰਕੇ ਘਰੇ ਰੌਣਕਾਂ ਗੱਡ ਖਾਣਾ ਖੜਿਆ ਰਹਿੰਦਾ ਹੈਗਾ ਹੈ ਓਹੋ ਉਧਰ ਲੱਗੀ ਕਰਾਂਗੇ ਸੁੰਦਰਾ ਜੀ ਚੱਲ ਜਾਣ ਸਟਾਰਟ ਤਾਂ ਕਰੋ ਤੁਸੀਂ ਸਟਾਰਟ ਕਰੋ ਗੱਡੀ ਮਾੜੀ ਜਿਹੀ ਗਰਮ ਕਰੋ ਤੁਸੀਂ ਥੋੜ੍ਹੀ ਜਿਹੀ ਅੱਜ ਅਸੀਂ ਥੋੜ੍ਹਾ ਜਿਹਾ ਲੇਟ ਉੱਠ ਗਏ ਹਾਂ ਥੋੜ੍ਹਾ ਜਿਹਾ ਹੋਰ ਟਾਈਮ ਸਿਰ ਉੱਠੇ ਹੁੰਦੇ ਹੁਣ ਅਸੀਂ ਜਿੰਮ ਦਾ ਘਰ ਆ ਜਾਣਾ ਅਸੀਂ ਬਾਕੀ ਜਾਣ ਮੇਰੀ ਅੱਜ ਆਪਣੀ ਗੱਡੀ ਰੂਪੀ ਕੋਲ ਮਿਲ ਜਾਣੀ ਆ ਚੰਡੀਗੜ੍ਹ ਜਾਣ ਦਾ ਪਲੈਨ ਬਣਦਾ ਪਿਆ ਵਾ ਅਤੇ ਚੰਡੀਗੜ੍ਹ ਜਾਈਏ ਨਾ ਜਾਈਏ ਪਰ ਇਹ ਕਿ ਰੂਪੀ ਕੋਲ ਤਾਂ ਆਪਾਂ ਇੱਕ ਲਾਈਟਾਂ ਵਾਲਾ ਕੰਮ ਕਰ ਲੈਣਾ ਕਿ ਜੇ ਆਪਾਂ ਕਰੋਮ ਵੀਲ ਪਾਏ ਨਾ ਜੇ ਲਾਈਟਿੰਗ ਵਿੱਚ ਲੱਗ ਜਾਣਾ ਮੱਠੀ ਹੋਏ ਹੋਏ ਕਾਹਨੂੰ ਗੱਲਾਂ ਹੈਗੀਆਂ ਉਹ ਮੈਂ ਆਪਣੇ ਵੀਰ ਜੀ ਨਾ ਉਹ ਆਪਾਂ ਲਵਾਈ ਦੀਆਂ ਮੈਨੂੰ ਵਿਖਾਇਆ ਹੈ ਉਹ ਕਹਿੰਦੇ ਬਾਈ ਜੀ ਇਹਦੀ ਪਲੇਟ ਮੋਟੀ ਬੜੀ ਸੋਹਣੀ ਲਾਈਟ ਲੱਗਣੀ ਛੇਤੀ ਲੱਥਣੀ ਵੀ ਨਹੀਂ ਉੱਤੇ ਤਾਂ ਮੈਂ ਕਿਹਾ ਫਿਰ ਲਾ ਦਿਓ ਅੱਜ ਨੜਿਆ ਵੀਰ ਜਿਹੜੇ ਆਪਣੇ ਸਕੋਰਪੀਓ ਵਾਲੇ ਇਹਨਾਂ ਦੇ ਲਵਾ ਕੇ ਦੇਣੀ ਕਿਉਂਕਿ ਜਿਹੜਾ ਸਿਲਵਰ ਵੀਲ ਹੈ ਜਾਂ ਕਰੋਮ ਵਾਲਾ ਵੀਲ ਹੈ ਨਾ ਲਾਈਟ ਉਸੇ ਵੀਲ 'ਤੇ ਜ਼ਿਆਦਾ ਉੱਭਰ ਕੇ ਆਉਂਦੀ ਹੈ ਜਿਹੜੇ ਆਪਣੇ ਦੂਜੇ ਵੀਲ ਹੁੰਦੇ ਆ ਜਿੱਦਾਂ ਬਲੈਕ ਪਾਏ ਆਪਾਂ ਹੈ ਨਾ ਉਹਨਾਂ ਦੇ ਲਾਈਟ ਉਨੀ ਕਾਮਯਾਬ ਨਹੀਂ ਹੈਗੀ ਅੱਜ ਹੈ ਬਈ ਅੱਜ ਆ ਬਈ ਅੱਜ ਆ ਸਰਪੰਚ ਵਿਚਾਰਾ ਮੈਨੂੰ ਕਹਿੰਦਾ ਮੈਨੂੰ ਉਠਾ ਦਿਓ ਪਰ ਬੰਦੇ ਸੁੱਤੇ ਹੋ ਨਾ ਮੇਰਾ ਸੱਚੀ ਮਿੱਤਰ ਉਠਾਉਣ ਨੂੰ ਜੀ ਨਹੀਂ ਕਰਦਾ ਮੈਨੂੰ ਇਹ ਹੁੰਦਾ ਕਿ ਚੱਲ ਯਾਰ ਰੈਸਟ ਮਾਰ ਲੈਣ ਰਾਤ ਕੀਤੇ ਕਿੰਨੇ ਕੁ ਵਜੇ ਇਹ ਰਾਤੀ ਲੇਟ ਆਏ ਗਏ ਹੈਗੇ ਸੀ ਕਿਤੇ ਇਹ ਆਪਣਾ ਢਾਬੇ ਦੀ ਰੋਟੀ ਖਾਣ ਗਿਆ ਸੀ ਸੰਧੂ ਹੋਣਾ ਕੋਲ ਉਹ ਪੱਕਾ ਢਾਬਾ ਆਪਣਾ ਹੀ ਆ ਇਹ ਰੋਟੀ ਜਦੋਂ ਪੱਕਾ ਪਤਾ ਨਾ ਕਿ ਹਾਂ ਵੀ ਪੂਰੇ ਰਜਨੀ ਖਾਣੀ ਆ ਫਿਰ ਅਸੀਂ ਉਹਨਾਂ ਕੋਲ ਜਾਣਾ ਕਿਉਂਕਿ ਉਹਨਾਂ 'ਚ ਨਹੀਂ ਰੋਟੀ ਸਵਾਦ ਸਾਡੇ ਇੱਥੇ ਏਰੀਏ 'ਚ ਕੋਈ ਨਹੀਂ ਬਣਾਉਂਦਾ ਇੱਕ ਸ਼ੁੱਧ ਵੈਸ਼ਨੂੰ ਢਾਬਾ ਸ਼ੁੱਧ ਵੈਸ਼ਨੂੰ ਦੇ ਕਿਤੋਂ ਹੈ ਸਾਡੇ ਭਰਾ ਉਹ ਚੱਲ ਵੀ ਸਿਰ ਆ ਡਰਾਈਵਰ ਕਿਹੜਾ ਹੁੰਦਾ ਹੈਵੀ ਡਰਾਈਵਰ ਹੈਵੀ ਟਾਇਰ ਬਾਹਰ ਹੀ ਵੜੇ ਨਾ ਨਹੀਂ ਜੱਜਮੈਂਟ ਹੁੰਦੀ ਕੁੜੀ ਹੈ ਕਿਹੜੇ ਕਿਹੜੇ ਪਿਆ ਇੱਧਰ ਕੱਢਦੀ ਆਉਂਦੀ ਹੈ ਪਹੁੰਚ ਕੇ ਮੁੰਡੇ ਜਿੰਮ ਪਹੁੰਚ ਕੇ ਤਾਂ ਇਵੇਂ ਤਾਂ ਨਾ ਬੈੱਡ ਮੈਂ ਦਿੱਤੇ ਲੋ ਆ ਨਵੇਂ ਆਪਣੇ ਕਮਰੇ 'ਚ ਆਪਾਂ ਜਿਹੜੇ ਕਮਰਾ ਦਾ ਸਰਦੀ ਨਹੀਂ ਪਿਆ ਆਪਾਂ ਉਹ 'ਚ ਆਪਾਂ ਇੱਕ ਬੈੱਡ ਅੱਜ ਆਪਾਂ ਹੋਰ ਲਵਾ ਦੇਣਾ ਅਤੇ ਵੇਖੀ ਕਾਹਨੂੰ ਗੱਲਾਂ ਐਂ ਕਰਨੀਆਂ ਅਤੇ ਮੁੰਡੇ ਉਹ ਜਿੰਮ ਪਹੁੰਚ ਗਏ ਤਗੜਾ ਉਹ ਕਹਿੰਦੇ 40 ਦਿਨ ਫਿੱਟ ਕਰ ਦੇਣਾ ਆਪਾਂ ਥੋੜ੍ਹਾ ਜਿਹਾ ਤੱਕ ਕੀ ਕਹਿੰਦੇ ਐਡੀ ਛੇਤੀ ਨਹੀਂ ਆਉਣਾ ਹੈਗਾ ਟਾਈਮ ਲੱਗੇ ਬੁੱਗੇ ਟਾਈਮ ਮੈਂ ਵੀ ਸਾਡਾ ਕਾਰਡੀਓ ਸੀ ਨਾਲ ਅਸੀਂ ਲਾਈ ਟ੍ਰਾਈਸੈਪ ਦੇ ਡੰਡ ਕਿੰਨਾ ਵੇਟ ਆ ਹਾਂ ਕਿਲੋ ਮੇਰਾ 90
ਮੈਂ 2-3 ਕਿਲੋ ਘਟਾਉਣਾ ਥੋੜ੍ਹਾ ਜਿਹਾ ਮੈਂ ਢਿੱਡ ਨਾ ਓਕੇ ਰਿਪੋਰਟ ਰਿਕਾਊਟ ਕਰ ਲਿਆ ਜੀ ਆਪਾਂ ਓਕੇ ਰਿਪੋਰਟ ਹੁਣ ਜਾਏ ਕਰੀਏ ਡਾਇਟ ਸ਼ਾਇਟ ਪੂਰੀ ਅਤੇ ਬਾਕੀ ਦੇਖੋ ਕਿਧਰਾ ਪਲੈਨ ਕਿਧਰ ਨੂੰ ਜਾਂਦਾ ਪਲੈਨ ਦੇ ਬੜੇ ਬਣਦੇ ਸਾਡੇ ਏ ਸੀ ਬੰਦ ਕਰ ਪੂਗੇ ਬਹੁਤ ਜ਼ਿਆਦਾ ਕੰਮ ਖਰਾਬ ਹੈ ਸਾਡੇ ਜ਼ੋਰ ਲੱਗੇ ਪਏ ਤੁਸੀਂ ਏਸੀ ਛੱਡ ਕੇ ਬੰਦੇ ਠੰਡੇ ਕਰਦੇ ਨਹੀਂ ਲੱਗਦਾ ਮੈਨੂੰ ਹੈਂ ਮੁੰਡੇ ਠੰਡੇ ਕਰਕੇ ਲੈ ਕੇ ਚੱਲਿਆ ਦੋ ਆਪਾਂ ਵੀ ਲਿਟ ਗਏ ਇਸ ਪਾਸੇ ਚਲੀਏ ਵੇਖੀਏ ਕਰੀ ਕੋਸ਼ਿਸ਼ ਭੁੱਖ ਬਹੁਤ ਲੱਗੀ ਜਾਵੇ ਛੇ ਛੂ ਬਣਾ ਕੇ ਪੀਏ ਕਿਲੇ ਲੈ ਲਈਏ ਦੱਸਿਆ ਨੀ ਇਹਨੇ ਤੂੰ ਇੱਕ ਰਾਹ ਤੱਕ ਰਹਿ ਪਰ ਤੇ ਫਿਰ ਲੱਕੀ ਨਹੀਂ ਗੱਡੀ ਤੂੰ ਹੀ ਚਲਾਉਣ ਡਿਆ ਚੇਤਾ ਪਤਾ ਨਹੀਂ ਮੇਰੇ ਕਿੱਥੇ ਹੁੰਦਾ ਜੀ ਕੋਈ ਨੀ ਲੈ ਆਉਣੀ ਹਾਂ ਪੁੱਤ ਚਲਾ ਫਿਰ ਯਾਰ ਹੋਣੀ ਤੇ ਹੋ ਗਏ ਤਿਆਰ ਪਰ ਪਿਆਰ ਤੇ ਹੁਣ ਆਪਾਂ ਚੱਲਾਂਗੇ ਸ਼ਹਿਰ ਨੂੰ ਇੱਕ ਦੋ ਕੰਮ ਕਰਾਂਗੇ ਪਹਿਲਾਂ ਕਰਕੇ ਤੇ ਬਾਅਦ 'ਚ ਫਿਰ ਸ਼ਾਮਾਂ ਨੂੰ ਗੱਡੀ ਚੱਕ ਕੇ ਲਿਆਵਾਂਗੇ ਤੇ ਸਰਪੰਚ ਨੂੰ ਅੱਜ ਪੂਰੇ ਜ਼ਿੰਮੇਵਾਰ ਬਣੇ ਸੀ ਬੱਚੇ ਇਹ ਗੱਲ ਕਰੀ ਕਿ ਥਾਂ ਥੂੰ ਕਹਿੰਦੇ ਸੀ ਬਣਾਉਣ ਡੇ ਕਹਿੰਦੇ ਵਾਲੀਬਾਲ ਦਾ ਨੈੱਟ ਦੇਣਾ ਵਾ ਲਾ ਮੈਂ ਠੀਕ ਹੈ ਬਈ ਥਾਂ ਬਣਾਓ ਤੁਸੀਂ ਉਹ ਬੱਲੇ ਕੀ ਹਾਲ ਆ ਚਲੀਏ ਮੰਨਿਆ ਉਹ ਤੇਲ ਲੈਣ ਕੇ ਹੀ ਚੱਲੀਏ ਰੌਣਕਾਂ ਲੱਗੀਆਂ ਪਈਆਂ ਰੌਣਕਾਂ ਚਲੀਏ ਆਪਾਂ ਨਿਕਲੀਏ ਲੋਹੇ ਲੋਹੇ ਤੇ ਹੀ ਚੱਲੇ ਯਾਰ ਹੋਣਾਂ ਨੇ ਜਲੰਧਰ ਲੁਧਿਆਣਾ ਘੁੰਮ ਕੇ ਆਉਣਾ ਸੀ ਹੋ ਸਕਦਾ ਮਾਲੀ ਦੇ ਚੱਲੇ ਪੈ ਜਾਂਦੇ ਪਰ ਗੱਲ ਕਹਦੀ ਕਿ ਸਾਨੂੰ ਫੋਨ ਆ ਗਿਆ ਡਿੱਗੇ ਸੱਜਣ ਦਾ ਅਤੇ ਸਾਨੂੰ ਇਹ ਵੀ ਚੇਤਾ ਭੁੱਲਾ ਸੀ ਇਹ ਗੱਡੀ ਵੀ ਚੱਕਣੀ ਗਾਂਹ ਦੀ ਗਾਂਹ ਮਾਲੀ ਹੀ ਨਿਕਲ ਜਾਣਾ ਜੇ ਨਾ ਫੋਨ ਸਾਨੂੰ ਵਾਪਸ ਆਉਂਦਾ ਤਾਂ ਹੁਣ ਇਹ ਘਰੇ ਪਹਿਲਾਂ ਘਰੇ ਚੱਲੇ ਵਾਪਸ ਘਰੋਂ ਆਪਣਾ ਸ਼ਸਤਰ ਫੜ ਕੇ ਅਤੇ ਉਹ ਦੇਣਾ ਜੇ ਗਨ ਹਾਊਸ 'ਤੇ ਕੋਈ ਨਵੀਂ ਮੋਡੀਫਿਕੇਸ਼ਨ ਕਰਾਉਣੀ ਹੈਗੀ ਆ ਉੱਥੋਂ ਬਾਅਦ ਫਿਰ ਅਸੀਂ ਜਾਵਾਂਗੇ ਸ਼ਹਿਰ ਨੂੰ ਕਿਉਂ ਛੋਟੇ ਵੀਰ ਨਹੀਂ ਕਾਲੇ ਨਹੀਂ ਕਾਲੇ ਜ਼ਿਆਦਾ ਹੀ ਮਜ਼ਾ ਆ ਰਿਹਾ ਗੱਡੀ ਚਲਾਉਣ ਦਾ ਸਲੋ ਸਲੋ ਪਤਾ ਨਹੀਂ ਕੀ ਚੱਕਰ ਹੋ ਗਿਆ ਸੱਚੀ ਗੱਲ ਹੀ ਜਿੰਮ ਤਾਂ ਫਿਰ ਸ਼ਾਮੀ ਆਪਾਂ ਲਾਉਣਾ ਸ਼ਾਮੀ ਅੱਜ ਲੇਟ ਹੀ ਲਵਾਂਗੇ ਮਾਸਾ ਕੀ ਕਹਿੰਦੇ ਜੀ ਲੈ ਵੀ ਆਹ ਚਾਰ ਬੰਦੇ ਸੀ ਜਿਹੜੇ ਅਸੀਂ ਚੱਲੇ ਸੀ ਅੱਜ ਅਤੇ ਪਰ ਨਾ ਗੱਲ ਕਰਦੇ ਜਿਹੜੀ ਚੀਜ਼ ਕਰਮਾਂ ਵਿੱਚ ਨਾ ਆਵੇ ਤਾਂ ਉਹ ਨਹੀਂ ਕੀਤੀ ਜਾਂਦੀ ਹੁੰਦੀ ਇਸ ਕਰਕੇ ਫਿਰ ਅਸੀਂ ਹੁਣ ਘਰੇ ਵਾਪਸ ਜਾਵਾਂਗੇ ਅਤੇ ਅੱਜ ਮਤਲਬ ਕਿ ਇੱਥੇ ਜਿਹੜੀ ਮੌਜ ਮਸਤੀ ਆ ਨਾ ਉਹ ਅੰਮ੍ਰਿਤਸਰ ਜੰਡਿਆਲਾ ਇਹ ਲਾਗੇ ਬੰਨੇ ਮੌਜ ਮਸਤੀਆਂ ਹੋਣਗੀਆਂ ਕੀ ਕਹਿੰਦੇ ਯੂਟਵੀਰ ਯਾਰ ਹੁਣੀ ਘਰੇ ਤੇ ਮਿੱਤਰੋ ਜਲ ਪਾਣੀ ਛਕੋ ਅਤੇ ਨਿਕਲੀਏ ਆਪਾਂ ਕੰਮ ਆਪਣੇ ਨਿਕਲ ਨਿਕਲੇ ਬੜੇ ਸ਼ਾਮ ਨੂੰ ਜੇ ਟਾਈਮ ਸਿਰ ਆ ਗਏ ਨਾ ਅਤੇ ਆਹ ਪੈਲੀ ਬਣਾਵਾਂਗੇ ਮੰਨੇ ਹੈ ਨਾ ਅੱਜ ਕਰ ਦਈਏ ਸਾਰੇ ਜਾਲੇ ਯਾਰ ਹੁਣਾਂ ਨੇ ਸ਼ਹਿਰ ਨੂੰ ਸਿੱਧਾ ਚੱਲੀਏ ਆਪਣੇ ਸੱਜਣ ਦੇ ਕੋਲ ਨਹੀਂ ਬਾਸ਼ ਹੀ ਕਰਦੇ ਪਹਿਲਾਂ ਆਪਣੇ ਸੱਜਣ ਕੋਲ ਚੱਲੀਏ ਸ਼ਸਤਰ ਦਾ ਕਰਵਾਈਏ ਮਾੜਾ ਜਿਹਾ ਸੈਟਿੰਗ ਜੀ ਕਰਵਾ ਕੇ ਉਸ ਤੋਂ ਬਾਅਦ ਫਿਰ ਆਪਾਂ ਚੱਲਦੇ ਹਾਂ ਗੱਡੀ ਰੂਬੀ ਕੋਲ ਚੱਕ ਲਾਂਗੇ ਨਾ ਬਾਅਦ ਜਾ ਕੇ ਸ਼ਹਿਰ ਸਗੋਂ ਮੈਂ ਰਹਿੰਦਾ ਸੀ ਐਕਸ਼ ਵੀ ਲੈ ਜਾਂਦੇ ਮੈਂ ਤੋਂ ਆ ਹੀ ਲੈਂਦੇ ਪਰ ਇਹ ਕਿ ਆਪਾਂ ਨੂੰ ਥੋੜ੍ਹਾ ਛੇਤੀ ਜਾਣਾ ਅਤੇ ਜਿੰਨਾ ਆਪਣੇ ਕੋਲ ਟਾਈਮ ਨਹੀਂ ਹੈਗਾ ਟਾਈਮਿੰਗ ਦਾ ਫਿਰ ਫਰਕ ਪੈ ਜਾਣਾ ਕਿ ਜੇ ਜਿਵੇਂ ਆਪਾਂ ਲੇਟ ਹੁੰਦੇ ਗਏ ਬਾਅਦ ਸ਼ਾਮਾਂ ਨੂੰ ਜਿੰਮ ਵਾਲੇ ਔਖੇ ਹੋ ਜਾਈਦਾ ਮਾਹੌਲ ਲੱਭਣੇ ਕਿਤੇ ਲੱਭਣੇ ਕਿਤੇ ਬਾਹਰ ਜਾ ਕੇ ਉਹ ਇੱਧਰ ਵੇ ਨਿੱਕੀ ਕਹਿੰਗ ਸਾਡੇ ਪਿੰਡ ਵਾਲੀ ਨਹਾਉਂਦੀ ਉਹ ਅਤੇ ਗਾੜੀ ਰੇੜੇ ਹੋਣੀ ਜਾਣ ਡੇ ਅਤੇ ਇੱਧਰ ਯਾਰ ਹੋਣੀ ਜਾਣ ਡੇ ਮੈਨੇ ਯਾਰ ਤੂੰ ਕੰਮ ਗਿਆ ਸੀ ਅਤੇ ਫੋਟੋ ਸ਼ੂਟ ਵਾਲਾ ਕਰ ਲਈ ਯਾਰ ਕੈਮਰਾ ਜੇ ਆਪਣੇ ਲੱਗ ਜਾਣੇ 5-7 ਦਿਨ ਹਫ਼ਤਾ ਹੀ ਲੱਗ ਜਾਣਾ ਭਾਵੇਂ 10 ਦਿਨ ਭਾਵੇਂ ਲੱਗ ਹੀ ਜਾਣ ਨਹੀਂ ਨਵਾਂ ਮਾਰਕ ਫਾਈ ਉਹ ਯਾਰ ਸੈਟਰੀ ਦੀ ਸਰਵਿਸ ਕਰਵਾਉਣ ਵਾਲੀ ਆ ਸਪੈਸ਼ਲ ਘੱਲ ਆਪਣਾ ਸ਼ੇਰੇ ਤੈਨੂੰ ਕੱਲ ਜੀ ਘੱਲਦਾ ਉੱਥੇ ਕੈਮਰੇ ਦੀ ਦੁਕਾਨ ਤੇ ਨਾ ਨਹੀਂ ਤੂੰ ਮੈਂ ਕਰਾ ਦਿੰਦਾ ਤੁਹਾਡੇ ਨੂੰ ਆਪਣਾ ਯਾਰ ਹੈਗਾ ਤੇ ਕਰਦਾ ਬਸ ਤੂੰ ਕੈਮਰਾ ਲੈ ਜਾ ਫੜ ਕੇ ਤੂੰ ਗਏ ਨਾ ਹੋ ਗਏ
ਜਿਹੜੀ ਚੀਜ਼ ਹੋਵੇ ਉਹ ਹੋਣੀ ਹੋਣੀ ਆ ਤੇ ਅਸੀਂ ਜਿੱਥੇ ਗੱਲਣਾ ਉਸ ਤੇ ਆਉਣਾ ਸੀ ਤੇ ਮੈਂ ਦੱਸਿਆ ਮੈਂ ਕਿਹਾ ਆਪਾਂ ਟੱਲਾ ਸਾਹਿਬ ਬਿਲਕੁਲ ਲਾਗੇ ਤੇ ਮੈਂ ਕਾਲੀ ਵੀਰ ਨੇ ਕਿਹਾ ਮੈਂ ਪਹਿਲਾਂ ਆਪਾਂ ਗੁਰੂ ਮਹਾਰਾਜ ਦਰਸ਼ਨ ਮੇਲੇ ਕਰੀਏ ਫਿਰ ਆਪਾਂ ਚੱਲਦੇ ਹਾਂ ਕਰਨਾ ਉਸ 'ਤੇ ਹੈ ਨਾ ਅਤੇ ਟਾਲਾ ਸਾਹਿਬ ਪਹਿਲਾਂ ਆਉਂਦਾ ਦਰਸ਼ਨ ਮੇਲੇ ਕਰਕੇ ਅਤੇ ਫਿਰ ਆਪਾਂ ਚੱਲਦੇ ਅਸੀਂ ਹੁਣ ਚੱਲੇ ਜੇ ਉਹ ਕਿਰ ਪੜੋ ਕਰਾ ਦੇ ਹੁਣ ਜਿਹੜੀ ਤੁਸੀਂ ਚੀਜ਼ ਮੈਨੂੰ ਉਗਾਈ ਉਹਦੀ ਡਿਟੋ ਕਾਪੀ ਚਾਹੀਦੀ ਹੈ ਠੀਕ ਹੈ ਨਾ ਕਿੰਨਾ ਟਾਈਮ ਠੀਕ ਹੈ ਹਫ਼ਤੇ ਤੱਕ ਮਿਲਦੇ ਹਾਂ ਪਹਿਲਾਂ ਮਿਲਾਂਗੇ ਪਰ ਉਹ ਚੀਜ਼ ਵਾਧੇ ਹਫ਼ਤੇ ਤੱਕ ਗੱਲ ਹੌਸਲਾ ਕੰਮ ਕਰ ਲਿਆ ਜੇ ਆਪਾਂ ਦੇ ਡੀਲ ਕਰ ਲਈ ਡਨ ਅਗਲੇ ਹਫ਼ਤੇ ਮਿਲਾਂਗੇ ਅਤੇ ਉਹ ਤੋਂ ਬਾਅਦ ਆਪਾਂ ਹੁਣ ਚੱਲੇ ਜੇ ਡਿਟੇਲ ਵਾਲੇ ਭਾਊ ਦੇ ਕੋਲ ਐਵੇਂ ਭਾ ਕਾਬੂ ਕਰ ਲਿਆ ਫਿਰ ਤੈਨੂੰ ਅੱਜ ਹੈ ਲੈ ਵੀ ਕਾਲੀ ਵੀਰ ਨੂੰ ਆਪਾਂ ਦੂਜੇ ਪਾਸੇ ਕਰਦੇ ਤੇ ਹਰਮਨ ਭਾਅ ਨੂੰ ਆਪਾਂ ਇੱਧਰ ਕਰ ਲਏ ਅਸੀਂ ਸਾਨੂੰ ਲੱਗੀ ਭੁੱਖ ਅਤੇ ਭੁੱਖ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਇਹ ਕਰਕੇ ਅਸੀਂ ਜਾ ਕੇ ਅਤੇ ਪਹਿਲਾਂ ਵਾਲੇ ਗੱਡੀ ਚੱਕਦੇ ਹਾਂ ਉਹ ਸਾਦਾ ਸ਼ਾਹ ਲੋਹਾਂਡਾ ਸੇਵਾ ਪਾਣੀ ਹੋ ਜਾਵੇ ਉੱਥੇ ਖਾਣ ਪੀਣ ਨੂੰ ਮੰਗਾ ਲਾਂਗੇ ਜੇ ਸ਼ਾਹ ਨਾ ਵੀ ਕਰੋ ਤਾਂ ਖਾਣ ਪੀਣ ਉੱਥੇ ਮੰਗਾਉਣਾ ਹੁੰਦਾ ਕਿਉਂਕਿ ਬਹਿ ਕੇ ਖਾਧਾ ਪੀਤਾ ਜਾਂਦਾ ਨਾਲੇ ਗੱਲਾਂ ਬਾਤਾਂ ਹੋ ਜਾਂਦੀਆਂ ਨਾਲੇ ਗੱਡੀ ਚੱਕ ਲਾਂਗੇ ਉੱਥੋਂ ਅਤੇ ਸ਼ਾਹ ਦਾ ਮੈਨੂੰ ਆਇਆ ਫੋਨ ਮੈਨੂੰ ਕਹਿੰਦਾ ਮੈਂ ਗੱਡੀ ਦੀ ਓਕੇ ਰਿਪੋਰਟ ਕਰਾ ਦਿੱਤੀ ਮੈਂ ਕਿਹਾ ਵੀਰ ਆ ਕੇ ਪਤਾ ਲੱਗੂਗਾ ਗੱਲੀ ਪਾਤੀ ਵੀ ਇਹ ਗੱਲ ਤਾਂ ਕਿ ਬੰਦਾ ਸਾਡਾ ਹੈਗਾ ਘੈਂਟ ਵੈਸੇ ਓਕੇ ਰਿਪੋਰਟ ਕਰਾ ਦਿੰਦਾ ਉਹ ਪਰ ਕਈ ਵਾਰ ਕੀ ਹੁੰਦਾ ਕਿ ਜਿਹੜੇ ਬੰਦੇ ਹੁੰਦੇ ਨਾ ਗਾੜੀ ਜਿਹੜੇ ਕਾਰੀਗਰ ਹੈ ਕਾਰੀਗਰਾਂ ਨੂੰ ਕਮੀ ਪੇਸ਼ੀ ਰਹਿ ਸਕਦੀ ਹੈ ਨਾ ਹੁਣ ਜਿਹੜੇ ਜਿਹੜੇ ਬੰਦੇ ਦਾ ਕੰਮ ਉਹਨੇ ਵਿੱਚ ਦੇ ਵੜ ਨਹੀਂ ਜਾਣਾ ਅਤੇ ਬਾਕੀ ਕਮੀ ਪੇਸ਼ੀਆਂ ਫਿਰ ਅਸੀਂ ਕਢਾ ਲਈਦੀਆਂ ਜੋ ਫਿਰ ਚੱਲਦੇ ਹਾਂ ਸ਼ਾਹ ਦੇ ਕੋਲ ਤੇਰਾ ਕਹਿੰਦੇ ਜੋਬਰਾਂ ਨੇ ਗੱਡੀ ਕਰਾ ਦਿੱਤੀ ਓਕੇ ਰਿਪੋਰਟ ਕਿਉਂ ਰਮਣ ਭਾ ਬਾਊ ਬਣਾ ਦਿੱਤੀ ਉਹ ਬਾਊ ਇਹ ਬੋਲਿੰਗ ਸਟਾਈਲ ਦੇ ਵਿੱਚ ਟਾਕੀ ਦੇ ਦਿੰਦਾ ਮਿੱਤਰ ਨਾ ਕਰ ਚੈਟਿੰਗ ਨਾ ਕਰ ਚੈਟਿੰਗ ਵੇ ਭਗਤਾ ਤੂੰ ਫੜੇ ਜਾਣਾ ਹੀ ਵੇ ਮੈਂ ਕੁਛ ਨਹੀਂ ਕਿਹਾ ਤੈਨੂੰ ਮੈਂ ਦੇਖ ਕੇ ਚੈਟਿੰਗ ਨਾ ਕਰ ਮੈਂ ਤਾਂ ਪੁੱਛਿਆ ਨਹੀਂ ਮੁੰਡਾ ਕੁੜੀ ਹੈ ਮੇਰਾ ਚੋਰ ਨੂੰ ਆਪਣਾ ਸਾਰੇ ਕਿੱਡੇ ਨੇ ਗੱਡੀ ਫੋਨ ਕਰਨ ਡਿਆ ਵੇਖ ਲਾ ਜੇ ਕੁੜੀਆਂ ਚੋਰ ਕਰਦਾ ਫਿਰ ਫੋਨ ਤੇ ਕਿੱਥੇ ਹੋਣਾ ਆਪਣਾ ਇੱਧਰ ਚੋਰ ਨੂੰ ਆਪਣਾ ਪੜਾ ਨਹੀਂ ਫੋਨ ਫੜਾ ਦੇ ਇੱਧਰ ਇੱਥੋਂ ਨਹੀਂ ਵੇਖਣਾ ਬਸ ਚੋਰ ਨੂੰ ਆਪਣਾ ਪੜਾ ਹੈ ਪਲੇਟਾਂ ਲਿਆਓ ਠੰਡਾ ਲਿਆਓ ਪਾਣੀ ਲਿਆਓ ਨਹੀਂ ਰੁੜਦਾ ਨਹੀਂ ਰੁੜਦਾ ਨਹੀਂ ਰੁੜਦਾ ਨਹੀਂ ਰੁੜਦਾ ਸ਼ਾਬਾਸ਼ ਧੰਨਵਾਦ ਤੁਹਾਡਾ ਤੁਸੀਂ ਪਹੁੰਚਾਤਾ ਇੰਨੇ ਚੀਜ਼ ਖੁਸ਼ ਹੋ ਗਏ ਤਾਂ ਸ਼ਿਰਿਆ ਸਿੱਧੇ ਹੋ ਆਵਾਕਾਡੋ ਸ਼ਾਹ ਕੀ ਮੰਗਾਇਆ ਸ਼ਾਹ ਸਾਡਾ ਚੱਲਿਆ ਬਾਹਰ ਘੁੰਮਣ ਫਿਰਨ ਵਾਸਤੇ ਅੱਜ ਲਾਸਟ ਵਾਰ ਸਾਡੀ ਸੇਵਾ ਕਰਨਾ ਇਸ ਤੋਂ ਬਾਅਦ ਮਹੀਨੇ ਵਾਸਤੇ ਬਾਹਰ ਸਿਰ ਲੱਗਾ ਉਹ ਤੋਂ ਬਾਅਦ ਦੁਕਾਨ ਦੀ ਜ਼ਿੰਮੇਵਾਰੀ ਵੀ ਆਪਣੀ ਹੈ ਅਤੇ ਵੇਖੋ ਉਹਦੇ ਨਾਲ ਕੀ ਚੀਜ਼ਾਂ ਬਚਦੀਆਂ ਇੱਥੇ ਇਹ ਸਾਰਾ ਸੱਚੀ ਕਿੱਦਾਂ ਜਦੋਂ ਜੁਮੇ ਗਿਣ ਦੇ ਕੇ ਜਾਵੇ ਓਹੋ ਇਹਦੇ ਨਾਲ ਸਾਰਾ ਸਮਾਨ ਪੁੱਟ ਕੇ ਪਿੰਡ ਦਾ ਜਿਹੜਾ ਅਸੀਂ ਸਿਸਟਮ ਵੀ ਸਾਰਾ ਇੱਥੇ ਲਾ ਦੇਣਾ ਕਿ ਜਿੰਨੇ ਪਈ ਕਰਾਉਣਾ ਕੰਮ ਇੱਥੇ ਆ ਜਾਓ ਸਾਡੇ ਕੋਈ ਸ਼ਹਿਰ ਜਾ ਜਾਂਦਾ ਰੋਜ਼ ਰੋਜ਼ ਹੈ ਮੈਂ ਕਿ ਜਿਹਨਾਂ ਨੇ ਆਉਣਾ ਪਿੰਡ ਵੀ ਆ ਜਾਣਾ ਹੈ ਨਾ ਗੱਲ ਇਹ ਕੰਮ ਵਧੀਆ ਹੋਣਾ ਚਾਹੀਦਾ ਇਹਦੇ ਆਵਾ ਕਦੋਂ ਛੇ ਕੁ ਮੁੰਡਿਆਂ ਨੇ ਇੱਥੇ ਮੰਗਾ ਲਿਆ ਉਹ ਕਾਹਨੂੰ ਗੱਲਾਂ ਕਰਾ ਲਈਆਂ ਸ਼ਾਹ ਪੈਟੀਆਂ ਮੰਗਾਤੀਆਂ ਨਾਲ ਅੱਜ ਤਾਂ ਸਿਰਾ ਹੀ ਕਰਾਤਾ ਯਾਰ ਕੰਮ ਸਿਰੇ ਲਾਤਾ ਸੈਂਡਵਿਚ ਸਾਰੇ ਪਨੀਰ ਵਾਲੇ ਆ ਰੱਖਣਾ ਪੜਤਾ ਹੈ ਉਸਤਾਦ ਜੀ ਧਿਆਨ ਰੱਖਣਾ ਪੜਤਾ ਹੈ ਲੈ ਵੀ ਮਿੱਤਰਾ ਗੱਲ ਕਰੀਏ ਅਗਰ ਰਾਣੀ ਸੰਦਰ ਆਪਣੀ ਕਰਾਤੀ ਉਹ ਸ਼ਾਹ ਨੇ ਓਕੇ ਰਿਪੋਰਟ ਹੁਣ ਨਾ ਜਦੋਂ ਜਾਈ ਧੋਤੀ ਮੇਰਾ ਕੱਢਣ ਜੀ ਨਹੀਂ ਕਰਦਾ ਉਦੋਂ ਮੇਰਾ ਜੀ ਕਹਿੰਦਾ ਮੈਂ ਘਰ ਜਾ ਕੇ ਕੱਪੜਾ ਪਾ ਕੇ ਇਹਨੂੰ ਇੱਦਾਂ ਲਾਦਾ ਨਹੀਂ ਇਹ ਤਾਂ ਕੱਪੜਾ ਸਵਾਉਣਾ ਪੈਣਾ ਆਪਾਂ ਨੂੰ ਵੱਡਾ ਵੱਡਾ ਕੱਪੜਾ ਨਾ ਇਹਦਾ ਬੰਦਾ ਲੱਭ ਕੋਈ ਉਹ ਪਾਲਸ ਮਿਲਾ ਦੇ ਪਿਆਰਾਂ ਦੇ ਮਾੜੀ ਜੀ ਇਹ ਜਮਾਂ ਕਾਲੀ 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 ਹੁੰਦੀ ਪਿੰਡ ਨੂੰ ਜਾਵੇ ਸਮਾਈਲਾਂ ਪਾਸ ਹੁੰਦੀਆਂ ਬਾਈ ਲੈ ਵੀ ਪਹਿਲੀ ਵਾਰ ਕੀਤੀ ਜੀ ਅਸੀਂ ਪੀ ਪੀ ਐਫ ਦੇ ਉੱਤੇ ਵੀ ਕੋਡਿੰਗ ਕਰਦੇ ਜੀ ਇਹ ਹੋਰ ਦੱਸੋ ਸਰਾਏ ਕਰਾਤਾ ਸਾਹਣੇ ਸਰਾਈ ਗੱਡੀ ਐਂ ਨਾ ਓਕੇ ਰਿਪੋਰਟ ਹੀ ਹੋ ਗਈ ਸ਼ਾਹ ਹੋਇਆ
ਨਾਲ ਦੀ ਨਾ ਚਾਹੁੰਦਾ ਹੁਣ ਮੈਂ ਚਲ ਹੋਰ ਕੰਮ ਕਰ ਲੱਗਾ ਗੱਲ ਟੈਰਾਂ ਲਾਈਟਾਂ ਲਵਾ ਦੇਣੀਆਂ ਗੱਲ ਵੇਖੀ ਤੂੰ ਤੋਹਫਾ ਚੀਜ਼ ਬਣਾਉਣੀ ਨਾ ਬਣਾਈ ਮੈਨੂੰ ਫਿਰ ਕਹੀ ਤੂੰ ਵੇਖਣਾ ਤੂੰ ਕਹਿਣਾ ਮੈਨੂੰ ਵੀਡੀਓ ਭੇਜੇ ਮਾੜੀ ਜੀ ਹੈ ਪਰ ਲਵਾਉਣੀ ਹਲਕੀ ਜੀ ਜਮਾ ਨਾ ਜਮਾ ਲਾਈਟ ਜੀ ਨਹੀਂ ਨਹੀਂ ਜਮਾ ਲਾਈਟ ਜੀ ਲਾਈਟ ਹੋਊਗੀ ਜਿੱਦਾਂ ਮਤਲਬ ਜਿਹੜਾ ਬੰਦਾ ਜਿਹੜੇ ਕੰਮ ਦਾ ਮਾਹਰ ਹੋਵੇ ਨਾ ਉਹ ਕੰਮ ਉਹਨੂੰ ਸੂਟ ਕਰਦਾ ਸ਼ਾਹ ਨੇ ਗੱਡੀ ਦੇ ਨਾ ਜਮਾ ਮੈਂ ਨਾ ਵੱਟ ਕੱਢ ਕੇ ਰੱਖਦੇ ਵੱਟ ਸਵਾਦ ਆ ਗਿਆ ਚਲਾਉਣ ਦਾ ਕਾਹਨੂੰ ਗੱਲਾਂ ਕਾਹਨੂੰ ਜਦੋਂ ਆਪਾਂ ਕਹਿ ਦਿੰਦੇ ਨਾ ਕਾਹਨੂੰ ਉਹ ਗੱਲ ਵੀ ਮਿੱਤਰੋ ਬਾਕੀ ਨਾ ਮੈਂ ਕਮੈਂਟ ਪੜ੍ਹਨ ਡਿਆ ਜਦੋਂ ਸ਼ਾਹ ਕੋਲ ਬੈਠਾ ਹੈ ਨਾ ਸਟੋਰੀ ਪਾਈ ਸਨੈਪਚੈਟ 'ਤੇ ਮੈਸੇਜ ਆਇਆ ਵੀਰ ਦਾ ਕਹਿੰਦਾ ਵੀਰ ਤੁਸੀਂ ਲੱਗਦਾ ਧੋ ਧੋ ਇੱਕ ਸਾਹ ਲੈਣੀ ਆ ਜਾਨ ਮੇਰੀਆਂ ਫਿਰ ਲਿਬੜੀਆਂ ਵੀ ਨਹੀਂ ਨਾ ਸੋਹਣੀਆਂ ਲੱਗਦੀਆਂ ਇੱਥੇ ਤੁਹਾਨੂੰ ਪਤਾ ਆਪਣੇ ਪੰਜਾਬ ਦੇ ਵਿੱਚ ਘੱਟਾ ਮਿੱਟੀ ਆ ਅਤੇ ਫਿਰ ਪੰਜਾਬ ਵੀ ਇਸ ਚੀਜ਼ ਨੂੰ ਕਹਿੰਦੇ ਹੈ ਨਾ ਅਤੇ ਗੱਲ ਕਹਿੰਦੀ ਹੈ ਕਿ ਫਿਰ ਇੱਥੇ ਤੁਹਾਨੂੰ ਪਤਾ ਆਪਾਂ ਘਰੇ ਵੀ ਲਾ ਦਈਏ ਨਾ ਜਾਂ ਤਾਂ ਜਮ੍ਹਾਂ ਕਮਰਾ ਬੰਦ ਹੋਵੇ ਫਿਰ ਅਤੇ ਫਿਰ ਗੱਡੀ ਦਾ ਬਚਾਅ ਹੁੰਦਾ ਅਤੇ ਜੇ ਨਹੀਂ ਕਮਰਾ ਬੰਦ ਤਾਂ ਫਿਰ ਜਿੱਦਾਂ ਹੁਣ ਆਪਣੇ ਭਾਵੇਂ ਸ਼ੈੱਡ ਵੀ ਪਏ ਹੈ ਨਾ ਅਤੇ ਘੱਟੇ ਮਿੱਟੀ ਮੰਨ ਲਓ ਹਫ਼ਤਾ ਗੱਡੀ ਲੱਗੀ ਰਹਿ ਗਈ ਅਤੇ ਤਾਂ ਵੀ ਘੱਟੇ ਨਾਲ ਫੋਲੀ ਭਰ ਜਾਂਦੀ ਇੱਕ ਮਿਸਤਰੀ ਵੀ ਲੱਗੇ ਆ ਉਹਦੇ ਬਾਵਜੂਦ ਵੀ ਜਾਂ ਤਾਂ ਫਿਰ ਜਦੋਂ ਸ਼ਟਰਿੰਗ ਲੱਗੂਗੀ ਫਿਰ ਬਚਾਅ ਹੋਣਾ ਵਾ ਅਤੇ ਉਹਨਾਂ ਨੂੰ ਧੋਣੀਆਂ ਹੀ ਪੈਂਦੀਆਂ ਦੂਜੇ ਤੀਜੇ ਦਿਨ ਤਾਂ ਜੇ ਘਰੋਂ ਗੱਡੀ ਕੱਢ ਲਈਏ ਜੇ ਰੈਗੂਲਰ ਗੱਡੀ ਨਿਕਲਦੀ ਹੋਵੇ ਅਤੇ ਜੇ ਕਾਲਾ ਰੰਗ ਆ ਤਾਂ ਅੱਜ ਗੱਡੀ ਧੁਆਈ ਅਤੇ ਪਰਸੋਂ ਨੂੰ ਤੁਹਾਨੂੰ ਫਿਰ ਧੋਣੀ ਪੈਣੀ ਅਤੇ ਇੱਕ ਚੌਥ ਧੋਣੀ ਪਊਗੀ ਇਹ ਵਾਈਟ ਕਲਰ ਆ ਉਹ 5 ਦਿਨ ਕੱਢ ਜਾਂਦਾ ਔਖਾ ਸੌਖਾ ਹੋ ਕੇ ਜਾਨ ਮੇਰੀ ਫਿਰ ਇੱਥੇ ਕੰਮ ਇੱਦਾਂ ਚੱਲਣਾ ਜਦ ਤੱਕ ਆਪਣੇ ਘਰੇ ਸ਼ੈੱਡ ਨਹੀਂ ਪੈਂਦੇ ਬਾਕੀ ਸ਼ਾਹ ਨੇ ਗੱਡੀ ਵੱਲੋਂ ਕਰਾਤੀ ਓਕੇ ਰਿਪੋਰਟ ਜਿੱਦਾਂ ਵਾਈਟ ਪੀ ਪੀ ਐੱਫ ਮੈਲੀ ਹੋ ਜਾਂਦੀ ਨਾ ਅਤੇ ਜਿੱਦਾਂ ਆਪਣੀ ਨੋਰਮਲ ਪੀ ਪੀ ਐੱਫ ਹੈ ਨਾ ਜਿੱਦਾਂ ਆਪਣੇ ਦੂਜੀਆਂ ਰੰਗ ਨੂੰ ਵੀ ਹੋਈਆਂ ਹੁੰਦੀਆਂ ਹੈ ਨਾ ਵਾਈਟ ਅਤੇ ਮੈਲੀ ਹੋਈ ਤਾਂ ਥੋੜ੍ਹਾ ਪਤਾ ਲੱਗ ਜਾਂਦਾ ਆ ਦੂਜੀਆਂ 'ਤੇ ਜੇ ਮੰਨ ਲਓ ਮਾੜੀ ਮੋਟੀ ਮੈਲੀ ਹੋ ਵੀ ਜਾਂਦੀ ਇੱਕ ਤਾਂ ਰੰਗ ਦੇ ਕਰਕੇ ਪਤਾ ਨਹੀਂ ਲੱਗਦਾ ਅਤੇ ਇੱਕ ਨਾ ਪੀ ਪੀ ਐੱਫ ਦੀ 'ਤੇ ਕੋਟਿੰਗ ਆਉਂਦੀ ਹੈ ਨਾ ਅਤੇ ਉਹ ਕਰਵਾ ਲਿਆ ਕਰੋ ਆਪਾਂ ਅੱਜ ਕਰਵਾਈ ਕੋਟਿੰਗ ਕਰਵਾਈ ਪੀ ਪੀ ਐੱਫ ਪੇਪਰ ਨਹੀਂ ਲਵਾਇਆ ਕੋਟਿੰਗ ਹੀ ਕਰਵਾਈ ਉੱਪਰ ਅਤੇ ਕੋਟਿੰਗ ਦੇ ਨਾਲ ਫਿਰ ਪਹਿਲੀ ਜਿੱਦਾਂ ਜੋ ਚੀਜ਼ ਪਹਿਲੀ ਵਾਰ ਆਪਣੀ ਹੋਈ ਸੀ ਨਾ ਉਹ ਉੱਦਾਂ ਦੀ ਸ਼ਾਈਨ ਆ ਗਈ ਦੁਬਾਰਾ ਬਾਕੀ ਧੋਣ ਧੋਣ ਦਾ ਫਰਕ ਪੈ ਜਾਂਦਾ ਅਸੀਂ ਮਤਲਬ ਕਿ ਵਾਹਲੇ ਜਗ੍ਹਾ ਤੋਂ ਗੱਡੀ ਨਹੀਂ ਧਵਾਈ ਦੀ ਇੱਕ ਤਾਂ ਆਪਣੇ ਜਨਾਲੇ ਵੀਰ ਹੈਗੇ ਉਹਨਾਂ ਕੋਲ ਧਵਾ ਲਈ ਦੀ ਆ ਅਤੇ ਜਾਂ ਫਿਰ ਸ਼ਾਹ ਕੋਲ ਧਵਾ ਲਈ ਦੀ ਆ ਜੇ ਫੋਮ ਵਾਸ਼ ਕਰਾਉਣੀ ਹੋਵੇ ਜਾਂ ਸਟੀਮ ਵਾਸ਼ ਕਰਾਉਣੀ ਹੋਵੇ ਉਹ ਤੁਹਾਨੂੰ ਪਤਾ ਫਿਰ ਸ਼ਾਹ ਦੇ ਕੋਲ ਹੀ ਆ ਸਿਸਟਮ ਸਾਰਾ ਜਾਂ ਫਿਰ ਮਾਲੀ ਆਪਣਾ ਸੱਜਣਿਆ ਅਤੇ ਉਹਨਾਂ ਕੋਲ ਧਵਾ ਲਈ ਦੀ ਆ ਅਤੇ ਘਰੇ ਵੀ ਧੋ ਲਈ ਦੀ ਘਰੇ ਬਾਜੂ ਤੁਹਾਨੂੰ ਪਤਾ ਤੌਲੀ ਛੋਲੀ ਨਹੀਂ ਪੂਰੇ ਹੁੰਦੇ ਹੈ ਨਾ ਧੋ ਲਈ ਦੀ ਬਾਜੂ ਸੁਕਾਉਂਦੇ ਸੁਕਾਉਂਦੇ ਫਿਰ ਤੁਹਾਨੂੰ ਪਤਾ ਕਦੀ ਕੋਈ ਕੰਮ ਪੈ ਗਿਆ ਕਦੀ ਕਿੱਧਰ ਨੂੰ ਚਲੇ ਕਦੀ ਕੋਈ ਆ ਵੀਰ ਭਰਾ ਮਿਲਣ ਵਾਸਤੇ ਆ ਗਿਆ ਫਿਰ ਕੰਮ ਅੱਧ ਵੇ ਤਾਇਆ ਰਹਿ ਜਾਂਦਾ ਕੱਲ੍ਹ ਵੀ ਸ਼ਾਮੀ ਜਦੋਂ ਅਸੀਂ ਗੱਡੀਆਂ ਧੋਣ ਡੇ ਵੀਰ ਭਰਾ ਮਿਲਣ ਵਾਸਤੇ ਆਉਂਦੇ ਰਹੇ ਅਤੇ ਗੱਡੀਆਂ ਧੋਂਦੇ ਧੋਂਦੇ ਫਿਰ ਅਸੀਂ ਵਧੋ ਵਧੀ ਲੇਟ ਹੋ ਗਏ ਘਰੇ ਇੱਕ ਕਰਕੇ ਕਹੀ ਨਾ ਫਿਰ ਔਖਾ ਹੋ ਜਾਂਦਾ ਅਤੇ ਘਰੇ ਗੱਲ ਵੀ ਨਹੀਂ ਬਣਦੀ ਮੈਂ ਤੁਹਾਨੂੰ ਆਖਾਂ ਨਾ ਜਿਹਦਾ ਕੰਮ ਆ ਇਹ ਉਹਨੂੰ ਹੀ ਸੂਤਰ ਆਉਂਦਾ ਇਹ ਹੁਣ ਮੰਨ ਲਓ ਜਿਹੜਾ ਕਾਰੀਗਰ ਜਿਹੜੇ ਕੰਮ 'ਚ ਮਾਹਰ ਆ ਉਹ ਚੀਜ਼ ਉਦੋਂ ਕੋਈ ਸੂਤਰ ਆਉਣੀ ਆ ਅਤੇ ਹੁਣ ਜਿਹੜੇ ਗੱਡੀਆਂ ਧੋਣ ਵਾਲੇ ਸਰਵਿਸ ਸਟੇਸ਼ਨ ਬਣੇ ਆ ਅਤੇ ਫਿਰ ਜੇ ਆਪਾਂ ਘਰੇ ਇਹੋ ਜਿਹੀ ਗੱਲ ਬਣਾ ਲਈ ਤਾਂ ਫਿਰ ਉਹਨਾਂ ਦੇ ਕੰਮ ਖੋਲ੍ਹਣ ਦਾ ਕੀ ਫਾਇਦਾ ਆ ਹੈ ਨਾ ਇਹ ਉਹਨਾਂ ਦਾ ਕੰਮ ਹੈ ਉਹਨਾਂ ਨੇ ਸੋਭਦਾ ਆ ਪਿਆਰੇ ਹੋ ਉਸ ਕੀ ਜ਼ਾਰ ਹੋਣੀ ਘਰੇ ਦੇ ਸਰਪੰਚ ਹੋਣੀ ਵੇਟ ਕਰ ਲਏ ਕਦੋਂ ਭਾਜੀ ਆਵੇ ਅਤੇ ਅਸੀਂ ਸਿਮ ਸਾਈਏ ਹੈ ਗਰੀ ਗਰੀ ਗੱਡੀ ਲਵਾਓ ਪੁੱਤ ਅੰਦਰ ਦਿਨਾਂ ਬਾਅਦ ਚਲਾਈ ਦਾ ਚੰਗਾ ਭੁਲੇਖਾ ਪਾਉਂਦੀ ਹੈ ਵੀ ਅਸਲ ਦੇ ਵਿੱਚ ਨਾ ਨੋਰਮਲ ਗੱਡੀ ਨਾਲੋਂ ਜ਼ਿਆਦਾ ਨਹੀਂ ਤਾਂ ਫੁੱਟ ਡੇਢ ਫੁੱਟ ਦਾ ਫਰਕ ਹੈਗਾ ਚੜਾਈ ਦਾ ਅਤੇ ਪਹਿਲਾਂ ਤਾਂ ਸਾਨੂੰ ਉੱਧਰ ਵੀ ਹੈਗੀ ਜੀ ਥਾਂ ਮਿੱਤਰੋ ਉੱਧਰ ਹੀ ਲਾ ਦਿੰਦੇ ਸਵੇਰੇ ਕਰ ਲਵਾਂਗੇ ਇੱਧਰਲੇ ਪਾਸੇ ਪਾਸੇ ਨਾਲ ਕੰਮ ਔਖਾ ਜਿਹਾ ਲੱਗਦਾ ਮੈਨੂੰ ਐਵੇਂ ਬੁਰਜੀ ਬਾਜੀ ਨਾਲ ਲਾ ਕੇ ਬਹਿ ਜਾਵਾਂਗੇ ਜਦੋਂ ਜ਼ਿਆਦਾ ਲਿਸ਼ਕੀ ਪੁਸ਼ਕੀ ਹੋਵੇ ਨਾ ਫਿਰ ਨਜ਼ਰ ਵੀ ਚੀਜ਼ਾਂ ਨੂੰ ਛੇਤੀ ਲੱਗਦੀ ਆ ਇੱਕ ਰਾਂ ਮੇਰੇ ਨਾਲ ਇੱਦਾਂ ਹੀ ਹੋਇਆ ਸੀ ਡਰਾਈਵਰ ਇੱਦਾਂ ਹੀ ਧਵਾ ਧੁਵ ਕੇ ਲਿਆਂਦੀ ਅਤੇ
ਕ੍ਰੀਏਟਿਵ ਵਾਲੇ ਬਾਈ ਦੇ ਨਾ ਉੱਥੇ ਵੀਲਾਂ ਵਾਲੀ ਦੁਕਾਨ 'ਤੇ ਬਾਹਰ ਲਿਆ ਗਏ ਡੱਕ 'ਤੇ, ਜਿਹੜਾ ਆਵੇ ਕਹਿੰਦਾ ਗੱਡੀ ਨੂੰ ਕੀ ਕਰਾਇਆ, ਗੱਡੀ ਨੂੰ ਕੀ ਕਰਾਇਆ। ਉਦੋਂ ਮਨਿੰਦਰ ਵੀ ਆਪਣੇ ਇੱਥੇ ਆਏ ਪਿੰਡ, ਸਾਨੂੰ ਨਾ ਸੱਤਾਂ ਅੱਠਾਂ ਬੰਦਿਆਂ ਨੇ ਇਹ ਗੱਲ ਕਹਿ ਤੀ। ਉਹ ਗੁਰੂ ਅਸੀਂ ਘਰ ਆਏ, ਘਰ ਆਉਣ ਤੋਂ ਬਾਅਦ ਜਦੋਂ ਅਸੀਂ ਚੰਡੀਗੜ੍ਹ ਗਏ ਤਾਂ ਰਾਹ 'ਚ ਸਾਡੇ ਦੇ ਵਿੱਚ ਨਾ ਕੋਈ ਮੁਲਾਜ਼ਮ ਭਰਾ ਸੀ, ਉਹਨੇ ਪ੍ਰੈਕ ਸ਼ੱਕ ਚੰਗਾ ਲਾਇਆ ਅਤੇ ਗੱਡੀ ਵੀ ਸਰਕਾਰੀ, ਉਹਨੇ ਗੁਰੂਆ ਸਾਡੇ ਸਾਈਡ ਲਿਆ ਕੇ ਮਾਰੀ ਗੱਡੀ 'ਤੇ। ਪਹਿਲਾਂ ਤਾਂ ਉਹਨੇ ਕਿਸੇ ਅੰਟੀ ਦੇ ਰੇਹੜੀਆਂ ਨਹੀਂ ਦੀਆਂ ਰੋਡ ਦੇ ਸਾਈਡ 'ਤੇ, ਪਹਿਲਾਂ ਤਾਂ ਰੇਹੜੀ 'ਚ ਮਾਰੀ ਅੰਟੀ ਦੀ ਲੱਤ ਬਾਂਹ ਦੇ ਉਹਦੀ ਖਿਲਾਰਤੀ ਵਿਚਾਰੀ ਦੀ। ਉਹ ਤੋਂ ਬਾਅਦ ਉਹਨੇ ਸਾਡੀ ਗੱਡੀ ਲਿਆ ਕੇ ਮਾਰੀ ਅਤੇ ਸਾਡੇ ਦੇ ਵੀਲ ਵਾਲੇ ਪਾਸੇ ਵੱਜੀ ਅਤੇ ਵੀਲ ਦਾ ਕੱਪ ਟੁੱਟ ਗਿਆ ਉਦੋਂ ਪਿੱਛੇ ਜੇ। ਮੈਂ ਵੀ ਉਹ ਚੀਜ਼ ਵੀ ਕਦੀ ਦੱਸੀ ਨਹੀਂ, ਆ ਪਹਿਲਾਂ ਕਾਂਡ ਯਾਰ ਤਰਨ ਤਰਨ ਵਾਲਾ ਮੈਂ ਦੱਸਿਆ ਤੁਹਾਨੂੰ, ਨਹੀਂ ਤਾਂ ਜ਼ਿੰਦਗੀ ਜਿੰਨੇ ਕਾਂਡ ਹੋਏ ਜਦੋਂ ਨਿਬੜ ਨਿਬੜ ਜਾਂਦੇ ਫਿਰ ਦੱਸੀ ਦੇ। ਉਦੋਂ ਕੀ ਹੋਇਆ ਕਿ ਚਲੋ ਵੀ ਵਿੱਚ ਵੱਜੀ ਗੱਡੀ ਅਤੇ ਬਲੈਰੋ ਦਾ ਕਿੰਨਾ ਹੀ ਪਾਸਾ ਜਿਹਾ ਉੱਧਰ ਗਿਆ। ਚਲੋ ਸਾਡੇ ਨਾਲ ਦੇ ਬੰਦੇ ਬੰਦੇ ਉੱਤਰੇ, ਮੈਂ ਵੇਖਿਆ ਮੁਲਾਜ਼ਮ ਹੈ ਨਾ, ਆਪਾਂ ਕੁਛ ਨਹੀਂ ਕਿਹਾ ਕਿ ਚਲੋ ਯਾਰ ਆਪਾਂ ਨੌਕਰੀ ਕੀਤੀ ਨਾ ਜਿਹੜੀ ਵੱਜਣ ਵਾਲੀ ਵੱਜ ਗਈ ਨਾ, ਮੇਰੀ ਆਦਤ ਆ ਕਿਤੇ ਨੁਕਸਾਨ ਹੋ ਗਿਆ ਨਾ ਕਿ ਚਲੋ ਹੁਣ ਜੇ ਕਿਤੇ ਆਪਾਂ ਚਪੇੜਾਂ ਦੋ ਚਾਰ ਮਾਰਤੀਆਂ ਨਾ ਅਤੇ ਉਹ ਚੀਜ਼ਾਂ ਬਣ ਤਾਂ ਜਾਣੀਆਂ, ਗੁੱਸਾ ਬੰਦੇ ਨੂੰ ਬਥੇਰਾ ਆਉਂਦਾ। ਅਤੇ ਮੈਂ ਉਹਨੂੰ ਉਹ ਬਾਈ ਦਾ ਪੈਗ ਲੱਗਾ ਸੀ ਨਾ, ਮੈਂ ਬਾਈ ਬਚਾ ਹੋਇਆ ਬਸਿਆ ਯਾਰ ਹੈ ਨਾ, ਅਤੇ ਬਾਈ ਨੂੰ ਕੁਛ ਨਹੀਂ ਪਤਾ ਲੱਗਣ ਡਿਆ। ਚਲ ਅਸੀਂ ਉਹਨੂੰ ਵੀ ਵੇਖਿਆ, ਬਾਜੂ ਮਾਤਾ ਨੂੰ ਵੇਖਿਆ ਤਾਂ ਮਾਤਾ ਦੀ ਲੱਤ ਟੁੱਟ ਗਈ ਸੀ, ਪਤਾ ਨਹੀਂ ਕੀ ਸੀ, ਅਤੇ ਉਹ ਵਿਚਾਰੀ ਬਹੁਤ ਚੀਕਾਂ ਮਾਰਨ ਡਈ। ਅਸੀਂ ਆਪਣੀ ਗੱਡੀ ਗੁੱਡੀ ਵੇਖੀ, ਕਿਤੇ ਗੱਡੀ ਸਾਡੀ ਤਾਂ ਮੈਂ ਜਿਹੜੇ ਹਿਸਾਬ ਨਾਲ ਸਾਡੇ ਵਿੱਚ ਵੱਜਿਆ, ਮੈਨੂੰ ਤਾਂ ਲੱਗਾ ਕਿ ਇਹ ਪਾਸੇ ਦੀਆਂ ਬਾਰੀਆਂ ਬੁਰੀਆਂ ਉੱਡ ਗਈਆਂ। ਅਤੇ ਮਨਿੰਦਰ ਬਾਈ ਨੇ ਪਿਛਲੇ ਪਾਸੇ ਵੇਖਿਆ, ਬਾਈ ਦੱਸਦਾ ਕਹਿੰਦਾ ਗੁਰਾ ਪਿੱਛੋਂ ਗੱਡੀ ਫੁੱਟ ਡੇਢ ਫੁੱਟ ਤਾਂ ਉੱਠੀ ਹੋਣੀ ਜਦੋਂ ਬਲੈਰੋ ਵੱਜੀ ਆ, ਅਤੇ ਪਲਟਣੋਂ ਵੀ ਮਹਾਂ ਹੀ ਵੱਜੀ ਗੱਡੀ ਸਾਡੀ ਹੈ ਨਾ। ਅਤੇ ਉਹ ਤੋਂ ਬਾਅਦ ਕੀ ਹੋਇਆ, ਅਸੀਂ ਵੇਖਿਆ ਕੱਪ ਕੁੱਪ ਸਾਡਾ ਟੁੱਟ ਗਿਆ ਵਾ। ਤੋਂ ਬਾਅਦ ਬੰਪਰ 'ਤੇ ਅੱਜ ਵੀ ਗੱਡੀ ਮੇਰੀ ਦੋ ਲੀਕਾਂ ਵੱਜੀਆਂ, ਸਿਰਫ ਦੋ ਲੀਕਾਂ ਦੇ, ਇੱਕ ਵੀਲ ਦਾ ਕੱਪ ਟੁੱਟਾ ਸੀ ਅਤੇ ਵੀਲ ਦੇ ਸਕਰੈਚ ਪਏ, ਅਤੇ ਵੀਲ ਆਪਣਾ ਹੈਗਾ ਸੀ ਮਤਲਬ ਕਿ ਸਿਲਵਰ, ਉਹਦੇ 'ਤੇ ਆਪਾਂ ਬਫਿੰਗ ਕਰਾਤੀ ਚੰਡੀਗੜ੍ਹ ਜਾ ਕੇ ਮਹਾਲੀ ਉੱਥੋਂ। ਚਲੋ ਵੀਲ 'ਤੇ ਸੈੱਟ ਹੋ ਗਿਆ, ਹਜੇ ਵੀਲ 'ਤੇ ਲੀਕਾਂ ਹੈਗੀਆਂ, ਫੋਟੋ ਵੀਡੀਓ 'ਚ ਨਹੀਂ ਪਤਾ ਲੱਗਦਾ, ਰਿਐਲਿਟੀ 'ਚ ਪਤਾ ਲੱਗਦਾ। ਅਤੇ ਬੰਪਰ 'ਤੇ ਅੱਜ ਵੀ PPF ਲੱਥੀ ਪਈ ਹੈ, ਕਿਤੇ ਤੁਹਾਨੂੰ ਸਵੇਰੇ ਵਿਖਾਊਂਗਾ ਜਦੋਂ ਅਤੇ ਬਲਾ ਕੱਲ੍ਹ ਵਾਲਾ ਬਣਾਉਂਗਾ ਨਾ ਦਿਨੇ, ਉਹ ਵੇਖਿਓ ਅਤੇ PPF ਲੱਥੀ। ਮੈਂ ਉਹ ਕਰਵਾਈ ਨਹੀਂ ਬਾਜੋ ਸੈੱਟ, ਮੈਂ ਕਿਹਾ ਸਮਝ ਲਿਆ ਮਿੱਤਰਾਂ ਨਜ਼ਰ ਵੱਟੂ ਹੀ ਆਏ, ਇਹਨੂੰ ਹੁਣ ਰਹਿਣ ਦੇ। ਅਤੇ ਗੱਲ ਕਰਦੀ ਕਿ ਨਜ਼ਰ ਲੱਗਦੀ ਆ, ਭੈੜੀਆਂ ਨਜ਼ਰਾਂ ਕਈ ਵਾਰ ਆਪਾਂ ਨੂੰ ਲੈ ਕੇ ਬਹਿ ਜਾਂਦੀਆਂ, ਉਹ ਚੀਜ਼ਾਂ ਹੁੰਦੀਆਂ ਜਦੋਂ ਜ਼ਿਆਦੀਆਂ ਅੱਖਾਂ ਘੜੀ ਬੰਦਾ ਆ ਜੇ ਨਾ ਕੰਮ ਖਰਾਬ ਹੁੰਦਾ। ਅਤੇ ਤਾਂ ਹੀ ਕਹਿੰਦਾ ਗੁਰੂ ਮਹਾਰਾਜ ਦਾ ਪਾਠ ਕਰਿਆ ਕਰੋ, ਗੁਰਦੁਆਰਾ ਸਾਹਿਬ ਜਾਇਆ ਕਰੋ ਹੈ ਨਾ, ਸੇਵਾ ਕਰਿਆ ਕਰੋ, ਮਾਲਕ ਹੀ ਬਚਾਵੇ, ਜਿੱਦਾਂ ਦਾ ਮਾਹੌਲ ਆਉਂਦਾ ਜਾਂਦਾ ਗਾੜੀ। ਅਤੇ ਇਹਨਾਂ ਚੀਜ਼ਾਂ ਤੋਂ ਬਚਣ ਦਾ ਬਸ ਇੱਕੋ ਜ਼ਰੀਆ, ਗੁਰੂ ਮਹਾਰਾਜ ਦੇ ਲੜ ਲੱਗ ਜਾਓ ਅਤੇ ਤਾਂ ਹੀ ਬਚਾ ਜੇ ਮਿੱਤਰੋ, ਸਿੱਧੀ ਗੱਲ ਜੇ। ਅਤੇ ਹੁਣ ਆਪਾਂ ਚੱਲੀਏ, ਜ਼ਿਮ ਜ਼ੁਮ ਲਾਈਏ ਜਾ ਕੇ, ਅਤੇ ਸਵੇਰੇ ਰਾਣੀ ਸੁੰਦਰ ਦੀ ਲਾਈਟਾਂ ਵੀ ਲਵਾਉਣੀਆਂ ਜੀ ਆਪਾਂ, ਸਵੇਰੇ ਜਮ੍ਹਾਂ ਹੀ ਓਕੇ ਰਿਪੋਰਟ ਕਰਾ ਦੇਣੀ ਜੀ। ਅੱਜ ਮੈਂ ਨਾਲ ਦੇ ਨੂੰ ਕਿਹਾ ਕਿ ਸਕੋਰਪੀਓ 'ਚ ਲਵਾ ਲਿਆਏ, ਪਤਾ ਨਹੀਂ ਲਵਾ ਕੇ ਲਿਆਏ ਹੋਣੇ ਕਿ ਨਹੀਂ ਲਿਆਏ ਹੋਣੇ, ਉਸ ਦੇ ਇੱਕ ਵਾਰ ਤੈਨੂੰ ਕੀਤਾ ਕੰਮ ਕੋਈ ਕਿ ਇਹਨਾਂ ਨੇ ਨਹੀਂ ਪੈਲੀ ਪੁੜੀ ਤੈਨੂੰ ਲਵਾ ਤੀ, ਲਵਾਈ ਨਾ ਲੇਟਾ ਸਕੋਰਪੀਓ ਨੂੰ ਹੈ ਲੱਗਣੀ ਹੈ ਕਿੱਥੇ ਲੱਗੀ ਗੱਡੀ, ਨਹੀਂ ਗੱਡੀ ਸਕੋਰਪੀਓ ਹੈ ਵੀ ਨਹੀਂ, ਨਹੀਂ ਲਾਈ ਨਹੀਂ ਉਹ ਲਾਣੀ, ਉਹਦੇ ਘੰਟੇ ਲਾ ਦੇਣੀ ਲਾਈਟਾਂ ਗੁਰੂਆਂ ਨਾਲ ਗੱਡੀ ਲੈ ਕੇ ਨਹੀਂ ਆਇਆ ਜਿੱਥੋਂ ਹਜੇ ਉੱਥੇ ਲੱਗੀ ਗੱਡੀ, ਤੂੰ ਮੈਨੂੰ ਕਰ ਦੇਣਾ ਹੁਣ ਚੱਲ ਜਾਂਦੇ ਮੇਰੇ ਸਾਹਮਣੇ 9 ਵਜੇ, ਪੁੱਛ ਲਓ ਚੱਲੀ ਜਿਵੇਂ ਚੱਲੀ ਯਾਰ ਤੂੰ ਜਾਣਾ ਸਰ ਲਾਈਟਾਂ ਕਿੰਨੀ ਲਿਆਉਂਦੀਆਂ ਆਈਡੀਆਂ ਕਿੰਨੀਆਂ ਸਵੇਰੇ ਲਾਉਣੀ ਹੋਣ ਲੱਗੇ ਮੋਟਰ ਕੀ ਚੱਕਰ ਪੈ ਗਿਆ ਮੋਟਰ ਮੋਟਰ ਦੇ ਗੁਰਾ ਵਾਲ ਬੰਦ ਕਰਨ ਦੇ ਮੋਟਰ ਸੜਨੀ ਆ ਛੱਡੋ ਭਰਾ 8 ਵੱਜ ਗਏ, 8 ਵਜੇ 10 ਮਿੰਟ ਰਹਿ ਗਏ, ਓਹੋ ਹੋ ਦੇਖਣ ਡਿਆ ਟਾਈਮ
ਨਹੀਂ ਦੇ ਹੁੰਦੇ। ਮੈਂ 8 ਵਜੇ 10 ਮਿੰਟ ਰਹਿ ਗਏ ਆ ਅਤੇ ਪਹਿਲਾਂ ਮੈਂ ਦੱਸਦਾ ਬਣ ਗਿਆ, ਮੈਂ ਰਹਿਣ ਦੀ ਰੈਸਟ ਮਾਰ ਲਈ। ਤਾਂ ਮੇਰੇ ਨਾਲ ਦੇ ਕਹਿੰਦੇ ਕਹਿੰਦੇ ਜਨਿਆੜਿਓ ਗੱਡੀ ਫੜ ਕੇ ਲਿਆਉਣੀ ਆ, ਧੂਣੀ ਲਾਈ ਉੱਥੇ, ਤਾਂ ਮੈਂ ਚਲੋ ਪਈ ਫਿਰ ਚੱਲਦੇ ਹਾਂ, ਲਾ ਲਾਂਗੇ ਘੜੀ ਅੱਧਾ ਪੌਣਾ ਘੰਟਾ। ਹੁਣ ਮਾਰ ਲਾ ਵਾ ਇਹਨੂੰ, ਚੱਲਦੇ ਤੁਰਿਆ ਵਾ ਇਕੱਠੇ ਵਾਪਸ। ਲੈ ਮੈਂ ਮਾਰ ਲਾ ਬਾਜ ਕੁੰਡਾ ਬਾਜ ਜਿੰਦਰਾ ਮਾਰ ਦੇਣਾ, ਆ ਜਾਓ ਫਿਰ। ਮੈਂ ਵੀ ਰਾਣੀ ਸੁੰਦਰਾ ਲਈ ਉਹ ਕੱਢ ਫੀਲਿੰਗ ਸਿਰੇ ਇਹਦੀ ਆਣਾ, ਕਿੰਨਾ ਸਵਾਦ ਨੂੰ ਚਲਾਉਂਦਾ ਹੁੰਦਾ ਨਾ। ਹਰੇ ਗੱਡੀ ਬਲਾ ਵਾਲੀ ਫੀਲਿੰਗ ਹੁੰਦੀ, ਰਾਤੀ ਆਪਾਂ ਸਕੋਰਪੀਓ ਖੜੀ ਜੱਗੀ ਵਾਲੀ ਨਵੀਂ ਲਈ ਇਹਨੇ, ਚੱਲਦੀ ਵਾਏ ਬੜੀ ਸੋਹਣੀ ਜੱਗੀ ਵਾਲੀ ਸਕੋਰਪੀਓ ਦੀ ਫੀਲਿੰਗ ਹੋ ਰਿਹਾ, ਜਿਹੜੀ ਪੁਰਾਣੀ ਇਹਦੇ ਵਾਲੀ ਆਪਣੇ ਉਹਦੀ ਫੀਲਿੰਗ ਹੋ ਰਿਹਾ। ਅੱਜ ਰੂਬੀ ਗਾਉਣ 'ਤੇ ਆਉਂਦੇ ਆ, ਮੈਂ ਆਨੰਦ ਆਉਂਦੇ ਮਤਲਬ ਕਿੰਨੀ ਸਪੀਡ 'ਤੇ ਆ, 30-40 'ਤੇ ਜਮਾਂ ਹੀ ਮਜ਼ੇ ਮਜ਼ੇ। ਅੱਜ ਸਵੇਰ ਦਾ ਪਤਾ ਨਹੀਂ ਕੀ ਗੱਲ, ਕੰਮ ਸਲੋ ਮੋਸ਼ਨ ਹੋਇਆ ਪਿਆ ਨਾ, ਸਵੇਰੇ ਆਪਾਂ ਜਦੋਂ ਜਲੰਧਰ ਚੱਲੇ ਅਸੀਂ ਉਦੋਂ ਵੀ ਹੌਲੀ ਹੈ ਨਾ, ਬੜਾ ਸਵਾਦ ਆਉਂਦੇ ਹਜੇ। ਅੱਜ ਮਿੱਤਰੋਂ ਅਸੀਂ ਜਮਾਂ ਹੀ ਗੱਡੀਆਂ ਹੌਲੀ ਹੌਲੀ ਚਲਾਈਆਂ, ਕੱਲ੍ਹ ਤਾਂ ਬਣਾਈਏ ਪਲਾਨ ਫਿਰ ਚੱਲੀਏ ਆਪਾਂ ਹੋਈ ਤੁਹਾਡੇ, ਪਰ ਤੂੰ ਤੁਹਾਡੇ ਸੱਚ ਉੱਧਰ ਜਾਣਾ ਹੈ ਨਾ, ਤੂੰ ਪੋਰਟ ਦਾ ਕੰਮ ਕਰ ਲਈ ਫਿਰ ਅਸੀਂ ਆਵਾਂਗੇ। ਚੱਲ ਵੀ ਸਰਪੰਚ ਆ, ਬਹੁਤ ਚੱਲੀਏ ਆ ਜਾਓ। ਬੁਰਜ ਖਲੀਫੇ ਵਾਲਾ ਕੰਮ ਬਣਾਇਆ ਹੋਇਆ ਕੁੜੀ ਹੋ ਕੇ ਲਾਈਏ, ਨਵੀਂ ਚੈਂਪੀਅਨ ਦੇ ਕੇ ਲੱਗਣ ਡਿਆ ਉਹ, ਦੋਵਾਂ ਚਿੱਟੀਆਂ ਪਈਆਂ। ਮੈਂ ਸਰਪੰਚ ਬੈਠਾ ਕਦੇ ਲਾ ਲਈ ਚੱਲਿਆ ਸਰਪੰਚਾ ਲਾਈ ਯਾਰ, ਉਹਨਾਂ ਲੇਟ ਹੋਣਾ ਸ਼ੇਰੇ ਹੋਣਾ ਗੁਰੂਆ ਕਿਤੇ 8:30 ਜਿੰਮ ਸਾਡਾ ਖਾਲੀ ਹੋ ਗਿਆ, ਇਹ ਕਿੱਦਾਂ ਹੋ ਗਿਆ, ਉਹ ਕਿੱਦਾਂ ਹੋ ਗਿਆ 8:30 ਜਿੰਮ ਖਾਲੀ 8:30 ਦੀ। ਪਰ ਮਿੱਤਰੋ ਗਾਣੇ ਨਾ ਚੱਲਦੇ ਹੁਣ ਤੇ ਜਿੰਮ ਲਾਉਣ ਦਾ ਮਜ਼ਾ ਵੀ ਬੜਾ ਆਉਂਦਾ ਜੀ, ਮਜ਼ਾ ਅੱਜ ਫੁੱਲ ਹੀ ਮਜ਼ਾ ਲੈਣਾ, ਅਸੀਂ ਫੁੱਲ ਹੀ ਮਜ਼ਾ ਲੈਣਾ ਜਿੰਮ ਲਾ ਕੇ ਹੈਂ। ਅੱਜ ਤੇ ਗੁਰੂਆ ਭਾਵੇਂ 1.5 ਘੰਟਾ ਫੁੱਲ ਹੀ ਜਿੰਮ ਲੱਗਣਾ ਹੈ, ਫੁੱਲ ਹੀ ਗਾਣੇ ਨਾ ਲਾਇਓ ਬਸ, ਤੁਸੀਂ ਗੱਲਾਂ ਬਾਤਾਂ ਮਾਰਾ ਕੇ ਤੇ ਨਾਲੇ ਜਿੰਮ ਲਗਾਵਾਂਗੇ। ਹੋ 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 ਲੈ ਵੀ ਬਿਨਾਂ ਪੰਪਿੰਗ ਤੋਂ ਤੁਹਾਨੂੰ ਡੋਲਾ ਜਿਹਾ ਕਰਵਾਉਣਾ, ਬਿਨਾਂ ਪੰਪਿੰਗ ਦਾ ਡੋਲਾ, ਓ ਹੋ 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 ਆਹ ਬਿਨਾਂ ਪੰਪਿੰਗ ਦਾ ਡੋਲਾ ਜੇ ਮੈਂ ਅੱਜ ਲਾਉਣਾ ਜੇ, ਮੈਂ ਟ੍ਰਾਈਸੈਪ ਇਕੱਲਾ, ਉੱਦਾਂ ਮੈਂ ਪੱਟ ਲਾਉਣੇ, ਪਰ ਮੈਂ ਪੱਟ ਲਾਉਣੇ ਨਹੀਂ ਅੱਜ, ਪੱਟ ਲਾਵਾਂ ਕੱਲ੍ਹ ਨੂੰ, ਮੂਡ ਨਹੀਂ ਗਾ ਪੱਟ ਲਾਉਣ ਦਾ, ਕੱਲ੍ਹ ਕੋ ਲਗਾਏਂਗੇ, ਅੱਜ ਲਾਵਾਂਗੇ ਇਕੱਲਾ ਟ੍ਰਾਈਸੈਪ, ਨਾਲ ਸਰਪੰਚ ਨੂੰ ਨਾਲ ਲਾਵਾਂਗੇ, ਲਾਉਣਾ ਟ੍ਰਾਈਸੈਪ ਮੇਰੇ ਨਾਲ, ਆ ਇੱਧਰ ਆ ਫਿਰ ਆ ਇੱਧਰ ਆ ਵੱਜ ਇੱਧਰ ਉਹ ਨਿੱਕਿਆ ਆ ਇੱਧਰ ਆ ਵੱਜ, ਤੈਨੂੰ ਦੱਸਾਂ ਤਾਂ ਮੈਂ ਤੈਨੂੰ ਕਿੱਦਾਂ ਲੱਗਦਾ ਇੱਧਰ ਆ ਵੱਜ ਹੈਂ, ਦੇਖੀ ਟ੍ਰਾਈਸੈਪ ਕਿੱਦਾਂ ਲੱਗਦਾ। ਤੁਹਾਨੂੰ ਅੱਜ ਨਾ ਟ੍ਰਾਈਸੈਪ ਦਾ ਵਰਕਆਊਟ ਦੱਸਦੇ ਹਾਂ ਜਿਹੜਾ ਅਸੀਂ ਲਾਉਂਦੇ ਹਾਂ। ਚੱਲ ਸਰਪੰਚ ਆ, ਸਰਪੰਚ ਤਾਂ ਤੈਨੂੰ ਦੱਸੂੰਗਾ, ਇਹਦੇ ਕੋਲ ਲਵਾਉਂਗਾ ਐਕਸਰਸਾਈਜ਼ਾਂ, ਹੱਥ ਜੋੜ ਕੇ ਪੁਸ਼ਅਪ ਲਾ ਪਹਿਲਾਂ, ਹੱਥ ਜੋੜ ਕੇ ਪਹਿਲਾ ਸੈੱਟ ਇਹੋ ਹੀ ਆਪਣਾ, ਹਾਂ ਵਾਰਮ ਅਪ ਕਰਨ ਤੋਂ ਬਾਅਦ, ਹਾਂ ਚੱਲ ਪਹਿਲੇ ਆਹ ਲਾਉਣਾ, ਪਹਿਲੇ ਸੈੱਟ ਆਹ ਲਾਉਣਾ, ਇਹਦੇ ਪੁਣ ਲਾਉਣੇ 15-15 ਤਿੰਨ ਸੈੱਟ, ਚੱਲ ਵੀ ਝੋਟਿਆ ਤਾਂ ਆਉਂਦੇ ਪੂਰਾ ਥੋੜ੍ਹਾ ਜਿਹਾ, ਹਾਂ ਥੋੜ੍ਹਾ ਅਤੇ ਥੋੜ੍ਹਾ ਸਟੇ ਕਰ ਮਾੜਾ ਜਿਹਾ, ਬਸ ਆਹੀ ਓਕੇ ਰਿਪੋਰਟ, ਸਰਪੰਚ ਖਾਂਦਾ ਜੀ ਸਾਡਾ ਨੂਡਲ, ਨਹੀਂ ਆਹ ਪੂਰਾ ਓਕੇ ਰਿਪੋਰਟ, ਬਸ ਇੰਨਾ ਕੁ ਬਸ, ਜਿਹੜੀ ਸਪੀਡ ਹੈ ਨਾ ਟੈਕਸੀ ਲਾਉਣ ਦੀ ਇੰਨੀ ਚਾਹੀਦੀ ਬਸ, ਇਹ ਤੋਂ ਜਾਈ ਤੇਜ਼ ਵੀ ਕਰਾਂਗੇ ਫਿਰ ਵੀ ਮਸਲ ਉਹਨਾਂ ਮਹਿਸੂਸ ਜਿਹਾ ਨਹੀਂ ਹੁੰਦਾ। ਅੱਜ ਤੁਹਾਨੂੰ ਸਾਰੀਆਂ ਐਕਸਰਸਾਈਜ਼ ਪਹਿਲੀ ਵਾਰ ਨੋਟ ਕਰਦਾ ਜਿਹੜੀ ਅਸੀਂ ਲਾਉਂਦੇ ਹਾਂ, ਆਹ ਪਹਿਲੀ ਐਕਸਰਸਾਈਜ਼ ਹੈ, ਉਸ ਬਾਅਦ ਅਗਲਾ ਸੈੱਟ ਹੈਗਾ ਜੀ। ਸਰਪੰਚ ਹੁਣ ਆਪਾਂ ਤੂੰ ਗੇਨਿੰਗ ਕਰਨ ਡਿਆ ਨਾ, ਤੂੰ ਲਾਉਣੇ ਰੈਪੀਟੇਸ਼ਨ 10-8-8 ਤਿੰਨ ਸੈੱਟ, ਠੀਕ ਹੈ ਵੇਟ ਇਹ ਕਟਿੰਗ ਦੇ, ਤੈਨੂੰ ਪਤਾ ਫਿਰ ਇਹ
ਸੱਬਲ ਸਰੀ ਆ, ਤਿੰਨ ਸੈੱਟ ਲਾਉਣਾ ਜੀ। ਵੇਟ ਪਾਲਾ ਕਿ ਜਿਹੜਾ ਦਸਵਾਂ ਨੌਵਾਂ ਦਸਵਾਂ ਰੈਪ ਮਹਾਂ ਹੀ ਲੱਗੇ ਉਹਨਾਂ ਵੇਟ ਪਾਲਾ। ਚੱਲ ਥੱਲੇ ਪਾਸੇ ਦਾ ਖਿਡਾਰਨਾ ਮਾੜਾ ਜਿਹਾ। ਐਂ ਓਕੇ ਰਿਕੋਰਡ ਜੀ, ਉਹ ਪਹਿਲਾ ਦੂਜਾ ਸੈੱਟ ਆਪਣਾ ਆ ਜੀ। ਇਹਦੇ ਜਿਹਨੇ ਗੇਨਿੰਗ ਕਰਨੀ ਆ ਵੇਟ ਭਾਰਾ ਲਾ ਕੇ ਉਹਨੇ ਜਿਹੜਾ ਦਸ ਅੱਠ ਅੱਠ ਅਸੀਂ ਤਿੰਨ ਸੈੱਟ ਲਾਉਣੇ ਆ। ਚੱਲ 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 ਲੈ ਬਈ ਟ੍ਰਾਈ ਸਾਹਿਬ ਦਾ ਆਪਣਾ ਤੀਜਾ ਸੈੱਟ ਇਹ ਵਾਲਾ ਜੀ। ਚੱਲ ਸਰਪੰਚਾ ਤਗੜਾ ਆਇਆ ਬਹੁਤ, ਤੂੰ ਆਪ ਵੇਖਣਾ ਕਈ ਵਾਰ ਆਪਾਂ ਜ਼ਰੂਰੀ ਹੁੰਦਾ ਕਿਸੇ ਦੇ ਪਿੱਛੇ ਲੱਗ ਕੇ ਆਪਾਂ ਅੱਗੇ ਪਿੱਛੇ ਰੋਡ ਕਰਨੀ, ਬਸ ਟ੍ਰਾਈ ਸਾਹਿਬ ਤੋਂ ਜ਼ੋਰ ਪੈਣਾ ਸੀਗਾ ਰੋਡ ਅੱਗੇ ਪਿੱਛੇ ਕਰਕੇ ਵੇਖ ਲੈਂਦੇ ਹੁੰਦੇ ਜੀ। ਹਾਂ ਕਰਕੇ ਵੇਖ ਲੈਂਦੇ ਹੁੰਦੇ ਕਿ ਕਿੱਥੇ ਸਹੀ ਜ਼ੋਰ ਪੈਣ ਡਿਆ। ਟ੍ਰਾਈ ਸਾਹਿਬ ਤੋਂ ਜ਼ੋਰ ਪਾਉਣਾ ਆਪਾਂ, ਚੱਕਰ ਪੈ ਗਿਆ, ਚੱਕਰ ਇਹ ਪੈ ਗਿਆ, ਗੂੰਦ ਦੀ ਬੈਟਰੀ ਹੋ ਗਈ ਡਾਊਨ ਅਤੇ ਸੈੱਟ ਤੁਹਾਨੂੰ ਬਾਈ ਦੱਸਿਆ ਨਹੀਂ ਗਿਆ। ਆਹੋ ਇਹ ਸਾਡੇ ਨਾਲ ਕਿਤੇ ਪਹਿਲੀ ਵਾਰ ਨਹੀਂ ਆਇਆ, ਮੇਰੇ ਨਾਲ ਬੜੀ ਵਾਰ ਇੱਦਾਂ ਆ। ਉਹ ਤੋਂ ਬਾਅਦ ਅਸੀਂ ਲਾਏ ਸੀ ਕਿੱਕ ਬੈਗ ਅਤੇ ਫਿਰ ਲਾਈਆਂ ਬੈਂਚ ਵਾਲੀਆਂ ਡਿਪਸਾਂ, ਅਤੇ ਬੈਂਚ ਵਾਲੀਆਂ ਡਿਪਸਾਂ ਜਿਹੜੀ ਲਾਉਣੀਆਂ ਨਾ ਤੁਸੀਂ ਟ੍ਰਾਈ ਸੈੱਪ ਦੀਆਂ, ਮਤਲਬ ਕਿ ਗਿਣ ਕਿਣੇ ਲਾਉਣੀਆਂ, ਤਿੰਨ ਸੈੱਟ ਲਾਉਣੇ ਆ ਵੱਧ ਤੋਂ ਵੱਧ ਜਿੰਨੇ ਲੱਗ ਜਾਣ, ਹੈਂਡਲਾ ਸੈੱਟ ਹੁੰਦਾ ਉਹ। ਅਤੇ ਹਫ਼ਤੇ 'ਚ ਅਸੀਂ ਦੋ ਮਤਲਬ ਕਿ ਡਬਲ ਮਸਲ ਲਾਉਣ ਡੇ ਹਾਂ, ਦੋ ਵਾਰ ਵਾਰੀ ਆਉਂਦੀ ਹਰ ਇੱਕ ਮਸਲ ਦੀ, ਅਤੇ ਜਿਹੜਾ ਹੁਣ ਦੂਜੀ ਵਾਰ ਵਾਰੀ ਆਉਣੀ ਆ ਉਦੋਂ ਫਿਰ ਐਕਸਰਸਾਈਜ਼ ਚੇਂਜ, ਉਹਦੇ ਵਿੱਚ ਓਵਰ ਡੰਬਲ ਆ ਜਾਂਦਾ ਵਾ ਹੈ ਨਾ, ਮੱਥੇ ਵਾਲੀ ਰੋਟ ਆ ਜਾਂਦੀ ਆ, ਸਾਰੀਆਂ ਸਾਰੀ ਚੀਜ਼ਾਂ ਹੋਈਆਂ ਉਹਦੇ ਵਿੱਚ। ਅਸੀਂ ਲਾਈ ਦੀ ਆਪਣੇ ਹਿਸਾਬ ਨਾਲ ਵਰਕਆਊਟ, ਅਤੇ ਜਿੱਦਾਂ ਇੱਕ ਚੀਜ਼ ਹੋ ਰਿਹਾ, ਪੁਜੀਸ਼ਨ ਕਿਸੇ ਦੀ ਕਦੀ ਕਾਪੀ ਨਹੀਂ ਕਰਨੀ, ਹਰ ਇੱਕ ਦਾ ਆਪੋ ਆਪਣਾ ਮਸਲ ਹੁੰਦਾ ਵਾ, ਆਪਾਂ ਕਿਸੇ ਦੀ ਪੁਜੀਸ਼ਨ ਨਾਲ ਵੇਖੀਏ ਉਹ ਜਿਹੜੀ ਰੋਟ ਆ ਇੱਥੇ ਲਿਆਉਣ ਡਿਆ ਜਾਂ ਆਪਾਂ ਇੱਥੇ ਲਿਆਉਣ ਡੇ ਹਾਂ, ਬਸ ਜ਼ੋਰ ਆਪਣਾ ਚਾਹੀਦਾ ਜਿਹੜਾ ਮਸਲ ਆਪਾਂ ਲਾਉਣ ਡੇ ਹਾਂ, ਇਹ ਚੀਜ਼ ਦਾ ਮਾੜਾ ਧਿਆਨ ਰੱਖਿਆ। ਤੁਸੀਂ ਬੜੇ ਵੱਟ ਕੱਢਦੇ ਜੀ, ਜਾਂ ਆਪਣੇ ਉਹ ਸ਼ਾਹ ਅੰਮ੍ਰਿਤਸਰ ਵਾਲਾ ਜਾਂ ਮੁੰਡੇ ਆਪਣੇ ਦੇਵੀ ਵਾਲੇ, ਇਹ ਬਣਾਉਂਦੇ ਜੀ ਨੇਰੀਆਂ, ਬੂੰਦੀਆਂ ਬੂੰਦੀਆਂ ਡਾਂਗੇ ਬੂੰਦੀਆਂ। ਚਲੋ ਚਲੀਏ ਭਾਈ, ਉਹ ਲਾਈਟਾਂ ਲਵਾਈਆਂ ਨਹੀਂ ਨਾ ਅੱਜ ਸਵੇਰੇ, ਕਿਉਂ ਲਾਈਟਾਂ ਲੱਗਾ ਵਾ, ਸਵੇਰੇ ਰੂਬੀ ਕਹਿੰਦੇ ਲਵਾਉਣੀਆਂ ਆਪਾਂ, ਸਵੇਰੇ ਭਰ ਜੇ ਟਾਈਮ ਸਿਰ ਆ ਕੇ ਫਿਰ ਚਲੀ ਸਿਰ ਫੜੋ ਥਾਰ। ਚਲੋ ਚਲੋ ਆਪਣੇ ਦੋ ਦੇਣੇ ਆ ਜੋ ਥਾਰ ਦੀ ਚਾਬੀ ਹੈਗੀ ਕੋ। ਚਲੋ ਭੂ ਮੁੜੋ ਗੱਡੀ ਛੇਤੀ, ਮਿੰਟ ਬੜੀ ਚੱਲੀ, ਭੁੱਖ ਭੁੱਖ ਬਹੁਤ ਲੱਗੀ, ਹੋਰ ਨਹੀਂ ਗੱਲ ਕੋਈ, ਭੁੱਖ ਬਹੁਤ ਜੀ ਲੱਗੀ, ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਨਾ ਬਹੁਤ ਜ਼ਿਆਦਾ ਵਾਲੀ। ਲੈ ਵੀ ਸਕੋਰਪੀਓ ਦੇ ਮੈਨੂੰ ਕਈ ਮਿੱਤਰ ਮੈਸੇਜ ਕਹਿੰਦੇ ਹੁੰਦੇ ਬਾਈ ਸਕੋਰਪੀਓ ਦੇ ਵੀਲ ਪਾਉਣੇ ਕਿਹੜੇ ਪਈ ਹੈ ਮਿੱਤਰੋ, ਤੁਹਾਡੇ ਭਰਾ ਦੀ ਜੇ ਤੁਸੀਂ ਰਾਇ ਲੈਣੀ ਚਾਹੁੰਦੇ ਨਾ ਸਕੋਰਪੀਓ ਦੇ ਆਹ ਵੀਲ ਬੈਸਟ, ਕਾਲੀ ਗੱਡੀ ਹੋਵੇ ਚਿੱਟੀ ਗੱਡੀ ਹੋਵੇ ਆਹ ਵੀਲ ਪਵਾ ਲਿਓ ਅੱਖਾਂ ਮੀਟ ਕੇ, ਅਤੇ ਜੇ ਗੱਡੀ ਨਾ ਫੱਬੂਗੀ ਮੈਨੂੰ ਫਿਰ ਕਿਓ, ਇਹ ਗੱਡੀ ਨਾ ਲੁੱਕ ਹੀ ਚੇਂਜ ਕਰ ਦਿੰਦੀ, ਗੱਡੀ ਕਹਿੰਦੇ ਗੇ ਲੈ ਜੀ ਕਹਿੰਦੂ, ਮਤਲਬ ਕਿ ਲੋਏ ਵੀ ਲੈ ਗੱਡੀ ਲੁੱਕ ਚੇਂਜ ਕਰ ਦਿੰਦੇ ਕਿਸੇ ਵੇਲੇ ਜਵਾਨ ਸਲਾਹ ਦੀ ਪੁੱਤੇ ਨਹੀਂ ਕਰਿਆ ਰੁਕ ਬ੍ਰੋ, ਇੰਨਾ ਟਾਈਮ ਨਹੀਂ ਹੈਗਾ ਆਪਣੇ ਕੋਲ, ਭੁੱਖ ਬਹੁਤ ਲੱਗੀ ਜੇ ਜੇ ਭੁੱਖ ਨਾ ਲੱਗੀ ਹੁੰਦੀ ਫਿਰ ਪਹੁੰਚ ਤੁਸੀਂ, ਮਜ਼ੇ ਮਜ਼ੇ ਚੱਲ ਜਾਂਦੇ, ਕੋਈ ਗੱਲ ਨਹੀਂ ਹੀਟ ਸੁੱਕ ਕੇ ਜੀ। ਫਿਰ ਮਿੱਤਰ ਪਹੁੰਚ ਗਈ ਜ਼ਾਰੋਂ ਨਹੀਂ ਕਰੇ ਤੇ ਕਾਲੀ ਹੁੰਨੀ ਆ ਗਈ, ਕਾਲੀ ਹੁੰਨੀ ਹੈ ਕਾਲੀ ਹੁੰਨੀ ਗੇਟ ਤੇ ਬਾਹਰ ਬੈਠੇ ਹੈਗੇ ਨੇ, ਮੈਨੂੰ ਆਖਿਆ ਵੀ ਸੀ ਫੋਨ ਲੱਗ ਕੇ ਤੇ ਮੈਂ ਕਿਹਾ ਛੁੱਟੀ ਦੇ ਅੰਦਰ ਜਾ ਸਕਦੇ ਤੁਸੀਂ, ਦਰਵਾਜ਼ਾ ਖੁੱਲ੍ਹਾ ਹੈਗਾ ਪਰ ਨਹੀਂ ਗਿਆ ਫਿਰ ਮੇਰੇ, ਉਹ ਖੋਲੋ ਬਈ ਜਿਹੜੀਆਂ ਧੋਤੀਆਂ ਗੱਡੀਆਂ ਇਹ ਅੰਦਰ ਹੀ ਜਾਣਗੀਆਂ, ਜੇ ਬਾਹਰ ਲਾ ਦਿੱਤੀ ਛੋਟੇ ਵੀਰ ਤਾਂ ਫਿਰ ਤਾਂ ਕੰਮ ਖਰਾਬ ਹੋ ਜਾਣਾ, ਫਿਰ ਤਾਂ ਧੋਤੀ ਦਾ ਕੋਈ ਫਾਇਦਾ ਨਹੀਂ ਹੋਣਾ। ਹੈਂ ਸਰਪੰਚ ਨੂੰ ਕਹਿੰਦੇ ਪਰਾਂ ਨੂੰ ਕਰ ਗੱਡੀ ਕਿਸ ਹਿਸਾਬ ਨਾਲ, ਗੱਡੀ ਆ ਵੀ ਅੰਦਰ ਲਾਉਣੀ ਪੈਣੀ ਜਾਂ ਡਰਾਈਵਰ ਤਾਂ ਚੜਾ ਦਈਏ। ਹੈਂ ਦੱਸ ਦੇਣੀ ਡਰਾਈਵਰ ਤਾਂ ਚੜਾਈਏ ਜਾਂ ਹੈ ਨਾ, ਡਰਾਈਵਰ ਤਾਂ ਚੜਾ ਕੇ ਅਤੇ ਗੱਡੀ ਆ ਲਾਈਏ, ਚੜਾਵਾਂ ਫਿਰ ਉਹਨਾਂ ਨੂੰ ਜਾਬੀ ਚੜਾ ਦਿੱਤਾ ਅੱਠ ਚ ਨਾ ਮਾਰੀ ਧਿਆਨ ਆ ਚੜਾਈ। ਮਿੱਤਰੋ ਫਿਰ ਮਿਲਦੇ ਹਾਂ ਸਵੇਰੇ ਨਵੇਂ ਵਲੋਗ ਦੇ ਨਾਲ, ਵੇਖੋ ਸਵੇਰ ਦਾ ਵਲੋਗ ਫਿਰ ਕਿੱਧਰ ਨੂੰ ਜਾਂਦਾ, ਫਿਲਹਾਲ ਤਾਂ ਹੁਣ ਗੱਡੀਆਂ ਗੁੱਡੀਆਂ ਦੇ ਜ਼ਿਆਦਾ ਕੰਮ ਕਰਾਉਣੇ ਆਪਾਂ ਹੈ ਨਾ।
ਤੇ ਇੱਕ ਬਾਈ ਕਹਿਣ ਡਿਆ ਹੁਣੇ ਮੈਂ ਕਮੈਂਟ ਪੜ੍ਹਨ ਡਿਆ, ਕਹਿੰਦਾ ਬਾਈ ਤੈਨੂੰ ਗੱਡੀਆਂ ਦਾ ਬਾਹਲਾ ਪਿਆਰ ਲੱਗਦਾ। ਕਹਿਣ ਮੇਰੀ ਇਹ ਜਿਹੜੀ ਚੀਜ਼ ਆਪਣੇ ਕੋਲ ਹੈਗੀ ਉਹਨਾਂ ਨਾਲ ਪਿਆਰ ਕਰਨਾ ਚਾਹੀਦਾ, ਹੈ ਨਾ, ਕੋਈ ਵੀ ਚੀਜ਼ ਆ ਜਿਹੜੇ ਆਪਣੇ ਯਾਰ ਦੋਸਤ ਆ ਉਹਨਾਂ ਨਾਲ ਵੀ ਪਿਆਰ ਕਰਨਾ ਚਾਹੀਦਾ। ਜਿਹੜੀ ਚੀਜ਼ ਆਪਣੇ ਸਰਕਲ ਦੇ ਵਿੱਚ ਆਪਣੇ ਕੋਲ ਹੈਗੀ ਆ ਅਤੇ ਉਹਦਾ ਤੇ ਮੋ ਚਾਹੀਦਾ, ਫਿਰ ਚੀਜ਼ਾਂ ਸਾਂਭ ਹੀ ਜਾਂਦੀਆਂ, ਯਾਰੀ ਦੋਸਤੀ ਫਿਰ ਹੀ ਸਾਂਭ ਹੀ ਜਾਂਦੀ ਜੇ ਆਪਣੇ ਆਪਣਾ ਯਾਰਾਂ ਨਾਲ ਦੋਸਤਾਂ ਨਾਲ ਪਿਆਰ ਕਰਾਂਗੇ। ਈਰਖਾ ਬਾਈ ਰੱਖਾਂਗੇ ਮਨ ਦੇ ਵਿੱਚ ਖੋਟ ਆ ਅਤੇ ਫਿਰ ਉਹ ਚੀਜ਼ਾਂ ਖਤਮ ਹੋ ਜਾਂਦੀਆਂ। ਹੁਣ ਗੱਡੀਆਂ ਇਹਨਾਂ ਨਹੀਂ ਸਾਂਭਾਂਗੇ ਅਤੇ ਖਤਮ ਹੋ ਜਾਣੀਆਂ ਇੱਕ ਨਾ ਇੱਕ ਦਿਨ, ਹੈ ਨਾ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਸਾਂਭਣਾ ਚਾਹੀਦਾ ਅਤੇ ਅਸੀਂ ਹੁਣ ਜਿਹੜੀ ਨਵੀਂ ਚੀਜ਼ ਲੈਂਦੀ ਵੀ ਆ ਜਿਹੜੀਆਂ ਸਾਡੇ ਕੋਲ ਪਈਆਂ ਉਹਨਾਂ ਨੂੰ ਚੰਗੀ ਤਰ੍ਹਾਂ ਸਾਂਭ ਸੰਭਾਲ ਕਰਕੇ ਜਿਵੇਂ ਟੱਲੀ ਹੋ ਗਈਆਂ। ਲੇਕਿਨ ਇਹ ਕੰਮ ਨਾ ਜਦੋਂ ਫਿਰ ਗੱਡੀਆਂ ਦੇ ਹੋਣ ਲੈਂਦੇ ਨਾ ਉਹਦੇ ਵਾਸਤੇ ਟਾਈਮ ਚਾਹੀਦਾ, ਟਾਈਮ ਨਿਕਲਦਾ ਨਹੀਂ ਘਰ ਦੇ ਕੰਮ ਕਰਕੇ, ਫਿਰ ਵੀ ਚਲੋ ਕਰਵਾਉਂਦੇ ਰਹੀਦਾ। ਬੁਲਟ ਆਪਣਾ ਓਕੇ ਰਿਪੋਰਟ ਆ, ਹੈ ਨਾ। ਰੂਬੀਕੋਨ ਹੁਣ ਉਹਦਾ ਸ਼ੀਸ਼ਾ ਪੈਣਾ ਵਾ, ਉਹ ਰੋਕੇ ਪਾਉਣਾ ਆਪਾਂ ਜੇ, ਅਤੇ ਐਂਡੈਵਰ ਵੀ ਸਾਰੀ ਓਕੇ ਰਿਪੋਰਟ, ਪਰ ਉਹਦੀ ਸਰਸ ਚੜ੍ਹ ਕੇ ਆ ਗਈ ਹੁਣ, ਹੈ ਨਾ, ਉਹ ਕਰਵਾਉਣੀ ਹੈ ਜੇ। ਅਤੇ ਟ੍ਰੈਕਟਰ ਦਾ ਕੰਮ ਕਿੰਨੇ ਕਿੰਨੇ ਕੰਮ ਮੁੱਕਦੇ ਨਹੀਂ, ਹੈ ਨਾ, ਇਹੋ ਜ਼ਿੰਦਗੀ ਆ। ਕੁਛ ਨਾ ਕੁਛ ਕੁਛ ਨਾ ਕੁਛ ਬੱਚੇ ਬਿਲਕੁਲ ਆਪਣੇ ਸਾਰੇ ਕੰਮ ਹੋ ਗਏ ਵੀ ਜ਼ਿੰਦਗੀ ਕੋਈ ਰਹਿ ਨਹੀਂ ਜਾਂਦੀ, ਹੈ ਨਾ, ਸਮੂਥ ਜਿਹਾ ਉਹ ਚੀਜ਼ 'ਚ ਮਜ਼ਾ ਨਹੀਂ ਆਉਂਦਾ ਜੀਣ ਦਾ, ਕੁਛ ਨਾ ਕੁਛ ਜ਼ਿੰਦਗੀ ਚੱਲ ਰਹਿਣਾ ਚਾਹੀਦਾ। ਅਤੇ ਆਉਂਦੇ ਨਾ ਉਹ ਜਿੱਦਾਂ ਆਪਾਂ ਸਟੈਪ ਬਾਏ ਸਟੈਪ ਕਲਾਸ ਗਾੜੀ ਗਾੜੀ ਪਾਰ ਕਰਦੇ ਰਹਿੰਦੇ, ਇੱਦਾਂ ਹੀ ਆਪਣੀ ਜ਼ਿੰਦਗੀ ਹੁੰਦੀ ਆ। ਆਪਾਂ ਇੱਕ ਮੁਸ਼ਕਲ 'ਚੋਂ ਨਿਕਲਦੇ ਨਾ ਆਪਾਂ ਕਹਿੰਦੇ ਕਿ ਯਾਰ ਆਹ ਮੇਰੀ ਮਸਲਾ ਹੱਲ ਹੋ ਜਾਣਾ, ਆਹ ਮੇਰੀ ਟੈਨਸ਼ਨ ਮੁੱਕ ਜਾਵੇ, ਬਸ ਫਿਰ ਨਜ਼ਾਰੇ ਆ। ਤੁਸੀਂ ਇੱਕ ਚੀਜ਼ ਸੋਚ ਕੇ ਵੇਖਿਓ, ਜਦੋਂ ਉਹ ਟੈਨਸ਼ਨ ਮੁੱਕਣ ਵਾਲੀ ਹੋਊਗੀ ਨਾ, ਨਵੀਂ ਤਿਆਰ ਖੜ ਜਾਂਦੀ ਆ। ਉਹਦਾ ਮਤਲਬ ਹੁੰਦਾ ਕਿ ਰੱਬ ਨੇ ਆਪਾਂ ਨੂੰ ਨਵਾਂ ਟਾਰਗੇਟ ਦਿੱਤਾ। ਕਈ ਬੰਦੇ ਨਹੀਂ ਪੂਰਾ ਕਰ ਪਾਉਂਦੇ, ਆਪਾਂ ਹੌਸਲਾ ਛੱਡ ਜਾਂਦੇ ਹਾਂ, ਬੜਾ ਕੁਛ ਹੁੰਦਾ ਆ, ਹੈ ਨਾ, ਇਹ ਚੀਜ਼ ਨਹੀਂ ਸੋਚਣੀ। ਉਹ ਮਾਲਕ ਦਾ ਨਾਂ ਲੈ ਕੇ ਤਾਂ ਆਖਣਾ ਕੋਈ ਨਹੀਂ, ਆ ਜਾ ਤਕੜੀ ਹੋ, ਜੇ ਤੂੰ ਤਕੜੀ ਹੋ ਚੜ੍ਹ ਕੇ ਆਈ ਤਾਂ ਕੋਈ ਨਹੀਂ, ਤਾਂ ਅਸੀਂ ਵੀ ਤਕੜੇ ਇੱਧਰ, ਹੈ ਨਾ। ਕਦੀ ਵੀ ਹੌਸਲਾ ਨਹੀਂ ਛੱਡਣਾ, ਜ਼ਿੰਦਗੀ 'ਚ ਬੜਾ ਕੁਛ ਹੁੰਦਾ ਵਾ, ਅਤੇ ਬੜੀਆਂ ਤੋਹਮਤਾਂ ਬੰਦੇ ਲੱਗਦੀਆਂ ਵਾ, ਬੜੀਆਂ ਬੜਾ ਕੁਛ ਹੁੰਦਾ ਜ਼ਿੰਦਗੀ ਦੇ ਵਿੱਚ, ਕਦੀ ਵੀ ਹਿੰਮਤ ਨਹੀਂ ਛੱਡਣੀ। ਅਤੇ ਬਸ ਉਹਦਾ ਨਾਂ ਲੈ ਕੇ ਤੁਰੇ ਚੱਲੋ, ਤੁਰੇ ਚੱਲੋ, ਅਤੇ ਉਹ ਆਪੇ ਮੇਰਾ ਰਹਿਮਤਾਂ ਆਪੇ ਆਪਾਂ ਨੂੰ ਅੱਗੇ ਲੈ ਕੇ ਜਾਊਗਾ। ਅਤੇ ਬਾਕੀ ਮੇਰੀ ਜਾਨ, ਮਿਲਦੇ ਹਾਂ ਸਵੇਰੇ, ਮਾਈ ਲਿਟੀਆਂ ਨੂੰ, ਅਤੇ ਮਿਲਦੇ ਹਾਂ ਨਵੇਂ ਵਲੋਗ ਦੇ ਨਾਲ। ਅਤੇ ਜਾਂਦੇ ਜਾਂਦੇ ਘੈਂਟ ਜਿਹਾ ਕਮੈਂਟ ਕਰ ਜਿਓ, ਅਤੇ ਜਿਹੜਾ ਵਲੋਗ ਵੇਖਿਆ ਇਹਨੂੰ ਲਾਈਕ ਕਰ ਜਿਓ, ਅਤੇ ਸਨੈਪਚੈਟ ਅਤੇ ਇੰਸਟਾਗ੍ਰਾਮ 'ਤੇ ਗੇੜਾ ਛੇੜਾ ਮਾਰ ਆਇਓ। ਬਾਏ ਬਾਏ ਮੇਰੀ ਜਾਨ, ਜਿਹਦੇ ਪਾਸੇ ਰਹੋ ਅਤੇ ਨਜ਼ਾਰੇ ਲਓ।